ਹਾਂਜੀ ਬੱਚੇ, ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਆਫਟਰਨੂਨ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਯੂਟਿਊਬ ਚੈਨਲ MSW ਸਟੱਡੀ ਦੇ ਵਿੱਚ ਮੈਂ ਮਨਪ੍ਰੀਤ ਕੌਰ ਹਾਰਦਿਕ ਸਵਾਗਤ ਕਰਦੀ ਹਾਂ। ਸੋ ਬੱਚੇ, ਅੱਜ ਦੀ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੀ ਹਾਂ ਕਿ MSW ਸਟੱਡੀ ਚੈਨਲ ਦੇ ਉੱਤੇ PSTET ਪੇਪਰ 1 ਪੇਪਰ 2 ਦੀ ਤਿਆਰੀ ਕਰਵਾਈ ਜਾ ਰਹੀ ਹੈ। ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਕਰਵਾਈ ਜਾ ਰਹੀ ਹੈ। ਅਗਰ ਤੁਸੀਂ PSTET ਪੇਪਰ 1 ਪੇਪਰ 2 ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਬੱਚੇ ਹੁਣੇ ਹੀ ਆਪਣੇ ਮੋਬਾਈਲ 'ਤੇ ਪਲੇ ਸਟੋਰ ਵਿੱਚੋਂ MSW ਸਟੱਡੀ ਐਪ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਹੈ। ਠੀਕ ਹੈ ਬੱਚੇ, ਟੈਲੀਗ੍ਰਾਮ ਚੈਨਲ ਰਾਹੀਂ ਵੀ ਜੁੜ ਕੇ ਤੁਸੀਂ ਆਪਣੀ ਸਟੱਡੀ ਕਰ ਸਕਦੇ ਹੋ। ਟੈਲੀਗ੍ਰਾਮ ਚੈਨਲ ਦਾ ਨੇਮ ਹੈ MSW ਸਟੱਡੀ। ਠੀਕ ਹੈ, ਵਟਸਐਪ ਗਰੁੱਪ ਨਾਲ ਵੀ ਬੱਚੇ ਤੁਸੀਂ ਜੁਆਇਨ ਹੋ ਕੇ ਆਪਣੀ ਸਟੱਡੀ ਕਰ ਸਕਦੇ ਹੋ। ਵਟਸਐਪ ਗਰੁੱਪ ਨਾਲ ਜੁਆਇਨ ਹੋਣ ਵਾਸਤੇ ਤੁਸੀਂ ਚਾਰ ਕੰਮ ਕਰੋਗੇ, ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ ਅਤੇ ਜੈਂਡਰ, ਇਹ ਸਾਨੂੰ ਲਿਖ ਕੇ ਤੁਸੀਂ ਸੈਂਡ ਕਰਨਾ ਅਤੇ ਤੁਹਾਨੂੰ ਵਟਸਐਪ ਗਰੁੱਪ ਵਿੱਚ ਜੁਆਇਨ ਕਰ ਲਿਆ ਜਾਵੇਗਾ। ਬੱਚੇ ਕੁਛ ਵੀ ਪੁੱਛਣਾ ਚਾਹੁੰਦੇ ਹੋ, ਕੁਛ ਵੀ ਤੁਹਾਨੂੰ ਦਿੱਕਤ ਹੈ, ਪਰੇਸ਼ਾਨੀ ਹੈ ਕੋਰਸਿਸ ਦੇ ਰਿਗਾਰਡਿੰਗ, ਕੋਈ ਵੀ ਕਨਫਿਊਜ਼ਨ ਹੈ ਤਾਂ ਬੱਚੇ ਤੁਸੀਂ ਕੋਈ ਜਿਹੜੀ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਬੱਚੇ ਤੁਸੀਂ 9878737 3172 ਨੰਬਰ 'ਤੇ ਸਾਨੂੰ ਕੋਲ ਕਰ ਸਕਦੇ ਹੋ। ਠੀਕ ਹੈ। ਸੋ ਬੱਚੇ, ਜਿਹੜੇ MSW ਸਟੱਡੀ ਚੈਨਲ ਦੇ ਉੱਤੇ ਕੋਰਸ ਕਰਵਾਏ ਜਾ ਰਹੇ ਆ ਉਹ ਤੁਸੀਂ ਨੋਟ ਕਰ ਲਓ। CDP ਜਿਹੜੀ ਆ, PSTET ਪੇਪਰ 1 ਪੇਪਰ 2 ਜਾਂ CTET ਜਿਹੜਾ ਆ, ਪੇਪਰ 1 ਪੇਪਰ 2 ਮੀਨਜ਼ ਕਿ PSTET ਦੇ ਦੋਨਾਂ ਪੇਪਰਾਂ ਲਈ ਅਤੇ CTET ਦੇ ਦੋਨਾਂ ਪੇਪਰਾਂ ਲਈ CDP ਕੰਪਲਸਰੀ ਹੈ। ਠੀਕ ਹੈ, 30 ਨੰਬਰ ਦੀ CDP ਦੋਨਾਂ ਪੇਪਰਾਂ ਦੇ ਵਿੱਚ ਆਵੇਗੀ। ਅਗਰ ਤੁਸੀਂ ਸਿਰਫ ਔਰ ਸਿਰਫ CDP ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਬੱਚੇ ਸਿਰਫ ਔਰ ਸਿਰਫ 500 ਰੁਪਏ ਦੇ ਵਿੱਚ ਤੁਹਾਨੂੰ CDP ਦੀ ਜਿਹੜੀ ਫੁੱਲ ਤਿਆਰੀ ਕਰਵਾਈ ਜਾਏਗੀ। PSTET ਪੇਪਰ 1 ਦੇਣਾ ਬੱਚੇ, ETT ਕੀਤੀ ਹੋਈ PSTET ਪੇਪਰ 1 ਦੇਣਾ ਤਾਂ ਤੁਹਾਨੂੰ 90 ਅੰਕਾਂ ਦੀ ਤਿਆਰੀ ਮੀਨਸ 3 ਸਬਜੈਕਟਾਂ ਦੀ CDP ਪੰਜਾਬੀ ਅਤੇ ਇੰਗਲਿਸ਼ ਦੀ ਫੁੱਲ ਤਿਆਰੀ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਕਰਵਾਈ ਜਾਏਗੀ। PSTET 2 ਦੇਣਾ ਬੱਚੇ, SST ਵਾਲੇ ਸਟੂਡੈਂਟ ਹੋ, PSTET 2 ਦੇਣਾ ਹੈ ਤਾਂ ਬੱਚੇ ਤੁਹਾਨੂੰ 2000 ਰੁਪਏ ਦੇ ਵਿੱਚ ਸਾਰੀ ਤਿਆਰੀ ਕਰਵਾਈ ਜਾਏਗੀ, ਫੁੱਲ ਤਿਆਰੀ ਕਰਵਾਈ ਜਾਏਗੀ। ਇਹਨਾਂ ਸਾਰੇ ਕੋਰਸਿਸ ਦੀ 1 ਸਾਲ ਦੀ ਵੈਲਿਡਿਟੀ ਹੋਵੇਗੀ। ਕੋਰਸਿਸ ਦੇ ਵਿੱਚ ਤੁਹਾਨੂੰ ਬੱਚੇ ਕੀ ਮਿਲੇਗਾ, ਵੀਡੀਓ ਰਿਕਾਰਡਡ ਲੈਕਚਰ, ਲਾਈਵ ਕਲਾਸਿਸ ਮਿਲਣਗੀਆਂ, PDF ਨੋਟਸ ਪ੍ਰੋਵਾਈਡ ਕੀਤੇ ਜਾਣਗੇ ਅਤੇ ਜਿਹੜੇ MCQ ਹੋਣਗੇ ਤੁਹਾਡੇ ਟੈਸਟ ਲਏ ਜਾਣਗੇ। ਠੀਕ ਹੈ। ਸੋ ਬੱਚੇ, ਜਿਵੇਂ ਕਿ ਮੈਂ ਡੇਲੀ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕਹਿੰਦੀ ਹਾਂ ਕਿ ਕਲਾਸ ਵਿੱਚ ਜੋ ਵੀ ਕਰਵਾਇਆ ਜਾਂਦਾ ਉਸਨੂੰ ਧਿਆਨ ਨਾਲ ਸੁਣਿਆ ਕਰੋ। ਸੁਣਿਆ ਹੋਇਆ ਲਿਖਣ ਵਾਸਤੇ ਤੁਸੀਂ ਆਪਣੇ ਹੱਥਾਂ ਵਿੱਚ ਪੈਨ ਅਤੇ ਕਾਪੀਆਂ ਲੈ ਕੇ ਬੈਠ ਜਾਓ। ਠੀਕ ਹੈ। ਅੱਜ ਦਾ ਟੋਪਿਕ ਬੜਾ ਹੀ ਇੰਟਰਸਟਡ ਹੈ। ਠੀਕ ਹੈ, ਅਸੀਂ ਕੀ ਕਰਨਾ ਹੈ, ਇੱਕ ਲਗਨ ਨਾਲ ਪੜ੍ਹਾਈ ਕਰਨੀ ਹੈ, ਫਿਰ ਹੀ ਇੱਕ ਸਾਨੂੰ ਕੀ ਹੋਣੀ ਚਾਹੀਦੀ, ਇੱਕ ਲਗਨ ਹੋਣੀ ਚਾਹੀਦੀ ਪੜ੍ਹਾਈ ਦੇ ਨਾਲ, ਫਿਰ ਹੀ ਅਸੀਂ ਕੁਛ ਕਰਾਂਗੇ, ਕੁਛ ਸਿੱਖ ਪਾਵਾਂਗੇ। ਠੀਕ ਹੈ। ਸੋ ਕੁਐਸਚਨ ਹੈ ਸਾਡੇ ਕੋਲ ਕਿ ਸੁਤੰਤਰਤਾ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਕਿਸ ਕੋਲ ਸਨ। ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ 1920 ਤੋਂ ਲੈ ਕੇ 25 ਈਸਵੀ ਦੇ ਦੌਰਾਨ ਗੁਰਦੁਆਰਿਆਂ ਨੂੰ ਸੁਧਾਰਨ ਵਾਸਤੇ, ਮੀਨਜ਼ ਕਿ ਗੁਰਦੁਆਰੇ ਕਿਹਦੇ ਕੋਲ ਸੀ, ਮਹੰਤਾਂ ਦੇ ਅੰਡਰ ਸੀ। ਮਹੰਤ ਬੜੇ ਗੰਦੇ ਸੀ, ਭ੍ਰਿਸ਼ਟ ਸੀ, ਚਰਿੱਤਰਹੀਣ ਸੀਗੇ। ਠੀਕ ਹੈ। ਗੁਰਦੁਆਰਿਆਂ ਨੂੰ ਮਹੰਤਾਂ ਕੋਲੋਂ, ਅੰਗਰੇਜ਼ੀ ਸਰਕਾਰ ਕੋਲੋਂ ਛੁਡਵਾਉਣ ਵਾਸਤੇ ਗੁਰਦੁਆਰਾ ਸੁਧਾਰ ਜਿਹੜੀ ਲਹਿਰ ਚੱਲੀ ਸੀਗੀ, ਹੈ ਨਾ, ਜਿਹਨੂੰ ਅਕਾਲੀ ਲਹਿਰ ਵੀ ਕਹਿੰਦੇ। ਅਕਾਲੀ ਲਹਿਰ ਕਿਉਂ ਕਹਿੰਦੇ, ਕਿਉਂਕਿ ਅਕਾਲੀਆਂ ਨੇ ਇਹ ਜਿਹੜੀ ਲਹਿਰ ਸ਼ੁਰੂ ਕੀਤੀ ਸੀਗੀ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਵਾਸਤੇ ਭ੍ਰਿਸ਼ਟ ਲੋਕਾਂ ਦੇ ਕੋਲੋਂ। ਹੁਣ ਕੁਐਸਚਨ ਹੈ ਸਾਡੇ ਕੋਲ ਕਿ ਸੁਤੰਤਰਤਾ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਕਿਸ ਕੋਲ ਸੀਗੀਆਂ, ਸਿੱਖਾਂ ਕੋਲ, ਮਹੰਤਾਂ ਕੋਲ, ਅੰਗਰੇਜ਼ੀ ਸਰਕਾਰ ਕੋਲ ਕਿ ਅਕਾਲੀਆਂ ਕੋਲ। ਬੱਚੇ, ਆਜ਼ਾਦੀ ਤੋਂ ਪਹਿਲਾਂ ਗੱਲ ਹੋ ਰਹੀ 1920 ਤੋਂ 25 ਈਸਵੀ ਦੇ ਦੌਰਾਨ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਸੀਗੀਆਂ ਅੰਗਰੇਜ਼ਾਂ ਦੇ ਕੋਲ। ਠੀਕ ਹੈ, ਨੋਟ ਕਰ ਲਓ ਬੱਚੇ, ਅੰਗਰੇਜ਼ਾਂ ਕੋਲ ਸੀ ਚਾਬੀਆਂ ਹਰਿਮੰਦਰ ਸਾਹਿਬ ਦੀਆਂ। ਨੈਕਸਟ ਪ੍ਰਸ਼ਨ ਹੈ ਸਾਡੇ ਕੋਲ, ਅਕਾਲੀ ਲਹਿਰ ਦੇ ਅਕਾਲੀਆਂ ਨੇ ਸਰਕਾਰ ਕੋਲੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਕਦੋਂ ਮੰਗੀਆਂ। ਬੱਚੇ, ਹੁਣ
ਇਸ ਵਾ ਇਹ ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਦੀ ਗੱਲ ਹੋ ਰਹੀ, ਚਾਬੀਆਂ ਕਿਹਦੇ ਕੋਲ ਸੀਗੀਆਂ? ਅੰਗਰੇਜ਼ਾਂ ਕੋਲ। ਹੁਣ ਅਕਾਲੀਆਂ ਨੇ ਮੰਗੀਆਂ ਕਿ ਸਾਡਾ ਗੁਰਦੁਆਰਾ ਆ, ਠੀਕ ਹੈ, ਗੁਰਦੁਆਰਾ ਸੰਗਤ ਦਾ ਆ, ਸਾਰਿਆਂ ਦਾ ਸਾਂਝਾ ਆ, ਸੋ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਸਰਕਾਰ ਕੋਲੋਂ ਮੰਗੀਆਂ ਉਹਨਾਂ ਨੇ। ਪਰ ਕਦੋਂ ਮੰਗੀਆਂ? 21 ਨਵੰਬਰ 1921 ਈਸਵੀ ਨੂੰ, 20 ਫਰਵਰੀ 1921 ਈਸਵੀ ਨੂੰ, ਅਗਸਤ 1921 ਈਸਵੀ ਨੂੰ ਕਿ ਨਵੰਬਰ 1922 ਈਸਵੀ ਨੂੰ? ਬੱਚੇ, ਅਕਾਲੀਆਂ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਜਿਹੜੀਆਂ ਸਰਕਾਰ ਕੋਲੋਂ ਮੰਗੀਆਂ ਸੀਗੀਆਂ, ਉਹ ਮੰਗੀਆਂ ਸੀ 21 ਨਵੰਬਰ 1921 ਈਸਵੀ ਨੂੰ। ਤੁਸੀਂ ਯਾਦ ਰੱਖਣਾ ਤਰੀਕ ਵੀ ਕੀ ਹੈ ਅਤੇ ਸੰਨ ਵੀ ਕੀ ਹੈ, ਮੀਨਜ਼ 1921 ਹੈ। 21 ਨਵੰਬਰ 1921 ਈਸਵੀ ਨੂੰ ਦਰਬਾਰ ਸਾਹਿਬ ਦੀਆਂ ਚਾਬੀਆਂ ਜਿਹੜੀਆਂ ਮੰਗੀਆਂ ਸੀਗੀਆਂ ਅਕਾਲੀਆਂ ਨੇ ਅੰਗਰੇਜ਼ਾਂ ਦੇ ਕੋਲੋਂ, ਕਿਉਂਕਿ ਦਰਬਾਰ ਸਾਹਿਬ ਦੀਆਂ ਚਾਬੀਆਂ ਕਿਹਦੇ ਕੋਲ ਸੀ? ਅੰਗਰੇਜ਼ੀ ਸਰਕਾਰ ਕੋਲ ਸੀ, ਅੰਗਰੇਜ਼ਾਂ ਦੇ ਕੋਲ ਸੀ। ਨੈਕਸਟ ਪ੍ਰਸ਼ਨ ਹੈ, ਅੰਗਰੇਜ਼ੀ ਸਰਕਾਰ ਨੇ ਅਕਾਲੀਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਕਦੋਂ ਸੌਂਪ ਦਿੱਤੀਆਂ? ਹੁਣ ਚਾਬੀਆਂ ਪਹਿਲਾਂ ਕਿਹਦੇ ਕੋਲ ਸੀਗੀਆਂ? ਅੰਗਰੇਜ਼ਾਂ ਕੋਲ, ਠੀਕ ਹੈ। ਫਿਰ ਅਕਾਲੀਆਂ ਨੇ ਅੰਗਰੇਜ਼ਾਂ ਕੋਲੋਂ ਕਦੋਂ ਮੰਗੀਆਂ? 21 ਨਵੰਬਰ 1921 ਨੂੰ। ਪਰ ਅਕਾਲੀਆਂ ਨੂੰ ਚਾਬੀਆਂ ਮਿਲੀਆਂ ਕਦੋਂ ਸਰਕਾਰ ਕੋਲੋਂ? ਕੁਐਸਚਨ ਇਹ ਹੈ ਸਾਡੇ ਕੋਲ, ਦੇਖੋ, 21 ਨਵੰਬਰ 1921 ਈਸਵੀ ਨੂੰ, 17 ਫਰਵਰੀ 1922 ਈਸਵੀ ਨੂੰ ਕਿ 20 ਫਰਵਰੀ 1921 ਈਸਵੀ ਨੂੰ, 17 ਨਵੰਬਰ 1922 ਈਸਵੀ ਨੂੰ? ਬੱਚੇ, 21 ਨਵੰਬਰ 1921 ਈਸਵੀ ਨੂੰ ਤਾਂ ਚਾਬੀਆਂ ਮੰਗੀਆਂ ਸੀਗੀਆਂ, ਠੀਕ ਹੈ। ਸੋ 17 ਫਰਵਰੀ 1922 ਈਸਵੀ ਨੂੰ ਦਰਬਾਰ ਸਾਹਿਬ ਦੀਆਂ ਚਾਬੀਆਂ ਦੇ ਦਿੱਤੀਆਂ ਗਈਆਂ ਅਕਾਲੀਆਂ ਨੂੰ, ਸਿੱਖਾਂ ਨੂੰ, ਠੀਕ ਹੈ। ਚਾਬੀਆਂ ਦੀ ਗੱਲ ਹੋ ਰਹੀ ਹੈ, ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਹੈਗੀਆਂ, ਇਸੇ ਕਰਕੇ ਇਸ ਘਟਨਾ ਨੂੰ ਕੀ ਕਹਿੰਦੇ ਆ? ਚਾਬੀਆਂ ਦਾ ਮੋਰਚਾ, ਚਾਬੀਆਂ ਦਾ ਮੋਰਚਾ ਲਗਾਇਆ ਗਿਆ ਕਿ ਅਸੀਂ ਆਪਣੇ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਜਿਹੜੀਆਂ ਅੰਗਰੇਜ਼ਾਂ ਕੋਲੋਂ ਛੁਡਵਾਉਣੀਆਂ, ਠੀਕ ਹੈ, ਅੰਗਰੇਜ਼ਾਂ ਦੇ ਹੱਥਾਂ ਵਿੱਚੋਂ ਲੈਣੀਆਂ, ਠੀਕ ਹੈ। ਇਸ ਕਰਕੇ ਇਸ ਨੂੰ ਚਾਬੀਆਂ ਦਾ ਮੋਰਚਾ ਵੀ ਕਿਹਾ ਜਾਂਦਾ ਹੈ। ਨੈਕਸਟ ਪ੍ਰਸ਼ਨ ਹੈ, ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਕਿਸ ਮਹੰਤ ਪਾਸ ਸੀ? ਹੁਣ ਗੁਰਦੁਆਰਾ ਜਿਹੜਾ ਗੁਰੂ ਦਾ ਬਾਗ ਹੈ ਉਹਦਾ ਪ੍ਰਬੰਧ ਕਿਹਦੇ ਕੋਲ ਸੀ? ਮਹੰਤ ਨਰੈਣ ਦਾਸ, ਮਹੰਤ ਸੁੰਦਰ ਦਾਸ, ਮਹੰਤ ਸ਼ੋਭਾ ਦਾਸ ਕਿ ਉਪਰੋਕਤ ਕੋਈ ਵੀ ਨਹੀਂ? ਬੱਚੇ, ਅਸੀਂ ਪਿਛਲੀ ਕਲਾਸ ਵਿੱਚ ਕਰ ਚੁੱਕੇ ਹਾਂ, ਗੁਰਦੁਆਰਾ ਨਨਕਾਣਾ ਸਾਹਿਬ ਹੈ ਜਿਹੜਾ ਉਹ ਕਿਸ ਮਹੰਤ ਦੇ ਅੰਡਰ ਸੀ, ਕਿਸ ਮਹੰਤ ਦੇ ਕਬਜ਼ੇ ਵਿੱਚ ਸੀਗਾ, ਇਹ ਤੁਸੀਂ ਕਮੈਂਟ ਕਰਕੇ ਦੱਸਣਾ ਮੈਨੂੰ, ਠੀਕ ਹੈ। ਇਹ ਅਸੀਂ ਵਾਰ ਵਾਰ ਕੀਤਾ ਸੀਗਾ ਕਲਾਸ ਵਿੱਚ, ਠੀਕ ਹੈ। ਹੁਣ ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਕਿਹਦੇ ਕੋਲ ਸੀਗਾ? ਮਹੰਤ ਸੁੰਦਰ ਦਾਸ ਕੋਲ। ਤੁਸੀਂ ਯਾਦ ਕਿੱਦਾਂ ਕਰਨਾ? ਬਾਗ ਜਿਹੜਾ ਹਰਿਆ ਭਰਿਆ ਹੁੰਦਾ, ਬਾਗ ਬੜਾ ਸੋਹਣਾ ਹੁੰਦਾ, ਸੁੰਦਰ ਲੱਗਦਾ ਸਾਨੂੰ, ਹੈ ਨਾ, ਕਿਉਂਕਿ ਬਾਗ ਦੇ ਬੂਟੇ ਹਰੇ ਭਰੇ ਫਲ ਫਰੂਟਾਂ ਨਾਲ ਭਰੇ ਹੁੰਦੇ, ਉਹ ਸੋਹਣੇ ਲੱਗਦੇ ਦੇਖਣ ਵਿੱਚ। ਅਗਰ ਅਸੀਂ ਕਿਤੇ ਜਾਈਏ ਦੂਰੋਂ ਵੀ ਦੇਖ ਕੇ ਕਹਿੰਦੇ, ਹਾਏ ਕਿੰਨਾ ਸੋਹਣਾ ਬਾਗ, ਹੈ ਨਾ, ਇਹ ਫਲਾਨੇ ਫਰੂਟ ਦਾ ਬਾਗ ਹੈ, ਇਹ ਅੰਬ ਦਾ ਬਾਗ ਹੈ, ਹੈ ਨਾ, ਇਹ ਲੀਚੀਆਂ ਦਾ ਬਾਗ ਹੈ, ਸੰਤਰਿਆਂ ਦਾ ਬਾਗ ਹੈ, ਦੇਖ ਕੇ ਸਾਨੂੰ ਬੜਾ ਸੋਹਣਾ ਲੱਗਦਾ। ਤੁਸੀਂ ਯਾਦ ਰੱਖਣਾ, ਬਾਗ ਜਿਹੜਾ ਸੋਹਣਾ ਹੁੰਦਾ, ਠੀਕ ਹੈ, ਸੁੰਦਰ ਲੱਗਦਾ ਸਾਨੂੰ, ਸੋ ਜਿਹੜਾ ਗੁਰੂ ਦਾ ਬਾਗ ਗੁਰਦੁਆਰਾ ਉਹ ਕਿਸ ਕੋਲ ਸੀਗਾ? ਮਹੰਤ ਸੁੰਦਰ ਦਾਸ ਕੋਲ। ਨਾਮ ਇਹਨਾਂ ਦਾ ਸੁੰਦਰ ਹੈ ਪਰ ਇਹਨਾਂ ਦੇ ਕੰਮ ਜਿਹੜੇ ਆ ਉਹ ਬੜੇ ਗੰਦੇ ਹੈ, ਠੀਕ ਹੈ। ਨੈਕਸਟ ਪ੍ਰਸ਼ਨ ਹੈ, ਮਹੰਤ ਸੁੰਦਰ ਦਾਸ ਕਿਹੋ ਜਿਹਾ ਵਿਅਕਤੀ ਸੀ? ਹੁਣ ਨਾਮ ਦੇਖੋ ਸੁੰਦਰ, ਤਾਂ ਕੰਮ ਦੇਖੋ ਇਹਦਾ ਕਿੰਨਾ ਸੋਹਣਾ ਹੋਣਾ। ਸੁੰਦਰ ਦਾਸ ਕਿਹੋ ਜਿਹਾ ਸੀ? ਚਰਿੱਤਰਹੀਣ, ਨਸ਼ਈ, ਗੁਸੈਲਾ ਕਿ ਭਗਤੀ ਭਾਵ ਵਾਲਾ? ਬੱਚੇ, ਗੁਰੂ ਦੇ ਬਾਗ ਜਿਹੜਾ ਹੈ ਗੁਰਦੁਆਰਾ ਉਹਦਾ ਜਿਹੜਾ ਮਹੰਤ ਸੁੰਦਰ ਦਾਸ ਹੈ ਨਾ, ਨਾਮ ਇਹਦਾ ਸੁੰਦਰ ਸੀ ਪਰ ਇਹਦਾ ਕੰਮ ਨਹੀਂ ਸੀ ਚੰਗਾ, ਇਹ ਇੱਕ ਚਰਿੱਤਰਹੀਣ ਵਿਅਕਤੀ ਸੀ, ਠੀਕ ਹੈ। ਨੈਕਸਟ ਪ੍ਰਸ਼ਨ ਹੈ ਸਾਡੇ ਕੋਲ, ਗੁਰੂ ਦੇ ਬਾਗ ਗੁਰਦੁਆਰੇ ਦੀਆਂ ਚਾਬੀਆਂ ਅਕਾਲੀਆਂ ਨੂੰ ਕਦੋਂ ਦਿੱਤੀਆਂ ਗਈਆਂ? ਹੁਣ ਗੁਰੂ ਦਾ ਬਾਗ ਗੁਰਦੁਆਰਾ ਕਿਹਦੇ ਅੰਡਰ ਸੀਗਾ? ਮਹੰਤ ਸੁੰਦਰ ਦਾਸ ਕੋਲੋਂ, ਹੈ ਨਾ, ਪ੍ਰਬੰਧ ਉਹਦਾ ਕਿਹਦੇ ਕੋਲ ਸੀ? ਮਹੰਤ ਸੁੰਦਰ ਦਾਸ ਕੋਲੋਂ।
ਹੁਣ ਮਹੰਤ ਸੁੰਦਰ ਦਾਸ ਕੋਲੋਂ ਜਾਂ ਗੁਰੂ ਦੇ ਬਾਗ ਗੁਰਦੁਆਰੇ ਦੀਆਂ ਜਿਹੜੀਆਂ ਚਾਬੀਆਂ ਜਾਂ ਗੁਰਦੁਆਰੇ ਦਾ ਪ੍ਰਬੰਧ ਅਕਾਲੀਆਂ ਨੂੰ ਕਦੋਂ ਮਿਲਿਆ ਸੀ? ਅਗਸਤ 1921 ਈਸਵੀ ਨੂੰ, 20 ਫਰਵਰੀ 1921 ਈਸਵੀ ਨੂੰ, 17 ਫਰਵਰੀ 1922 ਈਸਵੀ ਨੂੰ ਕਿ 17 ਨਵੰਬਰ 1922 ਈਸਵੀ ਨੂੰ? ਬੱਚੇ ਤੁਸੀਂ ਯਾਦ ਰੱਖਣਾ, ਨਵੰਬਰ ਵਿੱਚ ਹੀ ਇਹ ਘਟਨਾ ਹੋਈ ਸੀਗੀ, ਗੁਰੂ ਦੇ ਬਾਗ ਗੁਰਦੁਆਰੇ ਦੀਆਂ ਚਾਬੀਆਂ ਜਾਂ ਪ੍ਰਬੰਧ ਅਕਾਲੀਆਂ ਨੂੰ ਮਿਲਿਆ ਸੀਗਾ 17 ਨਵੰਬਰ 1922 ਈਸਵੀ ਨੂੰ, ਠੀਕ ਹੈ? ਜਿਹੜੀ ਆਪਸ਼ਨ ਡੀ ਆ ਉਹ ਰਾਈਟ ਹੈ ਬੱਚੇ, ਇਹਦੇ ਵਿੱਚ ਤੁਹਾਨੂੰ ਯਾਦ ਕਰਨਾ ਹੀ ਪੈਣਾ, ਠੀਕ ਹੈ, ਸਾਨੂੰ ਯਾਦ ਕਰਨੇ ਹੀ ਪੈਣੇ ਹੈ। ਨੈਕਸਟ ਪ੍ਰਸ਼ਨ ਹੈ ਸਾਡੇ ਕੋਲ, ਨਾਭੇ ਦੇ ਕਿਸ ਮਹਾਰਾਜ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਕਾਰਨ ਗੱਦੀ ਉੱਤੋਂ ਉਤਾਰ ਦਿੱਤਾ ਗਿਆ? ਹੁਣ ਬੱਚੇ 1920 ਤੋਂ 25 ਤੱਕ ਅਕਾਲੀ ਲਹਿਰ ਚੱਲੀ, ਗੁਰਦੁਆਰਾ ਸੁਧਾਰ ਲਹਿਰ ਚੱਲੀ, ਅੰਗਰੇਜ਼ਾਂ ਕੋਲੋਂ ਅਤੇ ਭ੍ਰਿਸ਼ਟ ਮਹੰਤਾਂ ਕੋਲੋਂ ਕੀ ਹੈ, ਗੁਰਦੁਆਰੇ ਛੁਡਵਾਉਣ ਵਾਸਤੇ ਨਾਭੇ ਦਾ ਇੱਕ ਰਾਜਾ ਸੀਗਾ, ਉਹਨੇ ਅਕਾਲੀਆਂ ਦੀ ਸਹਾਇਤਾ ਕਰ ਦਿੱਤੀ, ਠੀਕ ਹੈ, ਗੁਰਦੁਆਰਿਆਂ ਦੇ ਮੋਰਚੇ ਵਿੱਚ ਹੈ ਨਾ, ਅਕਾਲੀਆਂ ਦੀ ਸਹਾਇਤਾ ਕਰਨ ਕਰਕੇ ਜਿਹੜੀ ਸਰਕਾਰ ਹੈ ਉਹਨਾਂ ਨੇ ਕਿਸ ਰਾਜੇ ਨੂੰ ਗੱਦੀ ਤੋਂ ਉਤਾਰਿਆ ਸੀ? ਉਹ ਕਿਹੜਾ ਰਾਜਾ ਸੀਗਾ ਨਾਭੇ ਦਾ ਜਿਸਨੇ ਅਕਾਲੀਆਂ ਦੀ ਸਹਾਇਤਾ ਕੀਤੀ ਸੀਗੀ? ਸਰਦਾਰ ਰਿਪੂ ਦਮਨ ਸਿੰਘ, ਮਹਾਰਾਜਾ ਦਲੀਪ ਸਿੰਘ, ਮਹਾਰਾਜਾ ਜੱਸਾ ਸਿੰਘ, ਕਿ ਉਪਰੋਕਤ ਕੋਈ ਵੀ ਨਹੀਂ। ਬੱਚੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਨਾ, ਅਕਾਲੀ ਲਹਿਰ 1920 ਤੋਂ 25 ਦੇ ਦੌਰਾਨ, ਨਾਭੇ ਦਾ ਜਿਹੜਾ ਰਾਜਾ ਸੀਗਾ, ਮਹਾਰਾਜਾ ਸੀਗਾ, ਉਹ ਸੀਗਾ ਸਰਦਾਰ ਰਿਪੂ ਦਮਨ, ਠੀਕ ਹੈ, ਨੋਟ ਕਰ ਲਓ। ਸਰਦਾਰ ਰਿਪੂ ਦਮਨ ਜਿਹੜਾ ਸੀਗਾ, ਇਹ ਸਰਦਾਰ ਸੀਗਾ, ਇਹ ਵੀ ਹਮਦਰਦੀ ਰੱਖਦਾ ਸੀ, ਇਹ ਵੀ ਚਾਹੁੰਦਾ ਸੀ ਕਿ ਗੁਰਦੁਆਰੇ ਜਿਹੜੇ ਭ੍ਰਿਸ਼ਟ ਮਹੰਤਾਂ ਕੋਲੋਂ ਆਜ਼ਾਦ ਹੋਣ, ਕਿਉਂਕਿ ਗੁਰਦੁਆਰਾ ਇੱਕ ਪਵਿੱਤਰ ਅਸਥਾਨ ਹੈ, ਇਹ ਗੁਰਦੁਆਰੇ ਦੀ ਪਵਿੱਤਰਤਾ ਨੂੰ ਸਮਝਦਾ ਸੀਗਾ, ਕਿਉਂਕਿ ਇਹ ਵੀ ਇੱਕ ਸਰਦਾਰ ਸੀਗਾ। ਅੰਗਰੇਜ਼ਾਂ ਨੇ ਇਹਦੇ ਉੱਤੇ ਦੋਸ਼ ਲਾਤਾ ਬਾਗੀ ਦਾ, ਕਿਉਂ? ਕਿਉਂਕਿ ਇਹ ਸਹਾਇਤਾ ਕਰ ਰਿਹਾ ਇਹ ਅਕਾਲੀਆਂ ਦੀ, ਠੀਕ ਹੈ, ਸਿੱਖਾਂ ਦੀ। ਸੋ ਜਿਹੜਾ ਨਾਭੇ ਦਾ ਰਾਜਾ ਸੀ ਨਾ, ਸਰਦਾਰ ਰਿਪੂ ਦਮਨ, ਉਸ ਨੂੰ ਜਿਹੜੀ ਅੰਗਰੇਜ਼ੀ ਸਰਕਾਰ ਹੈ ਉਸਨੂੰ ਨਾਭੇ ਦੀ ਰਾਜਗੱਦੀ ਤੋਂ ਉਤਾਰ ਦਿੰਦੀ, ਠੀਕ ਹੈ, ਸਿੱਟੇ ਵਜੋਂ ਕੀ ਹੁੰਦਾ ਆ, ਗੁੱਸਾ ਆਉਂਦਾ ਆ ਅਕਾਲੀਆਂ ਨੂੰ, ਅਤੇ ਉਹ ਮੋਰਚਾ ਲਗਾਉਂਦੇ ਜੈਥੋਂ ਦਾ ਮੋਰਚਾ। ਨੈਕਸਟ ਪ੍ਰਸ਼ਨ ਹੈ, ਜੈਥੋਂ ਦਾ ਗੁਰਦੁਆਰਾ ਅਕਾਲੀਆਂ ਦੇ ਹਵਾਲੇ ਕਦੋਂ ਕੀਤਾ ਗਿਆ? ਹੁਣ ਜਦੋਂ ਗੁਰਦੁਆਰਾ ਗੰਗਸਰ ਹੈ ਬੱਚੇ, ਜੈਥੋਂ ਦੀ ਮੰਡੀ ਵਿੱਚ ਇਹ ਮੋਰਚਾ ਲੱਗੇ ਸੀ, ਇਸ ਕਰਕੇ ਇਹਨੂੰ ਜੈਥੋਂ ਦਾ ਮੋਰਚਾ ਕਹਿੰਦੇ, ਜਾਂ ਜੈਥੋਂ ਦਾ ਗੁਰਦੁਆਰਾ ਵੀ ਕਹਿੰਦੇ ਆ। ਜਿਹੜਾ ਜੈਥੋਂ ਦਾ ਗੁਰਦੁਆਰਾ ਹੈ, ਹੁਣ ਜਦੋਂ ਨਾਭੇ ਦੇ ਰਾਜਕੁਮਾਰ ਰਿਪੂ ਦਮਨ ਨੂੰ ਗੱਦੀ ਤੋਂ ਉਤਾਰ ਦਿੱਤਾ, ਤਾਂ ਜਿਹੜੇ ਸਿੱਖ ਹੈ ਭੜਕ ਗਏ, ਠੀਕ ਹੈ, ਉਹਨਾਂ ਨੇ ਆਪਣਾ ਜਿਹੜਾ ਗੁਰਦੁਆਰਾ ਛੁਡਵਾਉਣ ਵਾਸਤੇ ਕੀ ਕੀਤਾ ਸੀਗਾ, ਵਿਰੋਧ ਕੀਤਾ ਅੰਗਰੇਜ਼ਾਂ ਦਾ। ਹੁਣ ਉਹਨਾਂ ਨੂੰ ਇਸ ਵਿਰੋਧ ਕਰਕੇ, ਮੋਰਚੇ ਕਰਕੇ, ਜੈਥੋਂ ਦਾ ਮੋਰਚਾ ਲਗਾਉਣ ਕਰਕੇ ਗੁਰਦੁਆਰਾ ਕਦੋਂ ਮਿਲਿਆ ਸੀ ਅਕਾਲੀਆਂ ਨੂੰ? 1925 ਵਿੱਚ, 1921 ਵਿੱਚ, 1922 ਵਿੱਚ, ਕਿ 1920 ਵਿੱਚ? ਬੱਚੇ ਜੈਥੋਂ ਦੇ ਮੋਰਚੇ ਤੋਂ ਬਾਅਦ 1925 ਈਸਵੀ ਨੂੰ ਜਿਹੜਾ ਗੁਰਦੁਆਰਾ ਹੈ ਗੰਗਸਰ ਜਾਂ ਜੈਥੋਂ ਦਾ ਗੁਰਦੁਆਰਾ, ਉਹ ਕਿਹਦੇ ਹਵਾਲੇ ਆ ਗਿਆ ਸੀ? ਅਕਾਲੀਆਂ ਦੇ ਹੱਥਾਂ ਵਿੱਚ ਆ ਗਿਆ 1925 ਈਸਵੀ ਨੂੰ। ਨੋਟ ਕਰ ਲਓ ਬੱਚੇ, ਜੈਥੋਂ ਦਾ ਗੁਰਦੁਆਰਾ ਜਾਂ ਗੰਗਸਰ ਦਾ ਗੁਰਦੁਆਰਾ ਅੰਗਰੇਜ਼ਾਂ ਨੂੰ ਕਦੋਂ ਮਿਲਿਆ ਸੀਗਾ? ਅਕਾਲੀਆਂ ਨੂੰ ਕਦੋਂ ਸੌਂਪ ਦਿੱਤਾ ਗਿਆ ਅੰਗਰੇਜ਼ਾਂ ਨੇ? 1925 ਈਸਵੀ ਨੂੰ ਦੇ ਦਿੱਤਾ, ਠੀਕ ਹੈ। ਜਦੋਂ ਸਰਦਾਰ ਰਿਪੂ ਦਮਨ ਸਿੰਘ ਨੂੰ ਗੱਦੀ ਤੋਂ ਉਤਾਰਿਆ ਗਿਆ, ਤਾਂ ਅਕਾਲੀਆਂ ਨੇ ਕਿੰਨੇ ਸਿੱਖਾਂ ਦਾ ਜੱਥਾ ਸਰਕਾਰ ਵਿਰੁੱਧ ਭੇਜਿਆ? ਹੁਣ ਰਿਪੂ ਦਮਨ ਨਾਭੇ ਦਾ ਰਾਜਕੁਮਾਰ ਸੀ, ਇਹਨੂੰ ਗੱਦੀ ਤੋਂ ਉਤਾਰ ਦਿੱਤਾ ਹੈ ਨਾ, ਕਿਉਂਕਿ ਅਕਾਲੀਆਂ ਦੀ ਸਹਾਇਤਾ ਕਰਦੇ। ਹੁਣ ਨਾਲ ਅਕਾਲੀਆਂ ਨੂੰ ਵੀ ਦੁੱਖ ਲੱਗਾ ਕਿ ਸਾਡੇ ਰਾਜੇ ਨੂੰ ਇਹਨਾਂ ਨੇ ਗੱਦੀ ਤੋਂ ਉਤਾਰ ਦਿੱਤਾ। ਰਾਜੇ ਨੇ ਉਹਨਾਂ ਨੇ ਕੀ ਕੀਤਾ, ਸਿੱਖਾਂ ਦਾ ਜੱਥਾ ਭੇਜਿਆ ਜੈਤੋਂ ਵਿੱਚ, ਪਰ ਕਿੰਨੇ ਸਿੱਖਾਂ ਦਾ ਭੇਜਿਆ ਸੀਗਾ? 300 ਦਾ, 500 ਅਕਾਲੀਆਂ ਦਾ, 50 ਅਕਾਲੀਆਂ ਦਾ, ਕਿ 200 ਅਕਾਲੀਆਂ ਦਾ? ਬੱਚੇ ਜਿਹੜਾ ਸਿੱਖ ਅਕਾਲੀਆਂ ਦਾ ਜੱਥਾ ਗਿਆ ਸੀ ਨਾ ਜੈਤੋਂ ਮੰਡੀ, ਉਹ ਗਿਆ ਸੀ 500 ਅਕਾਲੀਆਂ ਦਾ ਜੱਥਾ, ਠੀਕ ਹੈ। ਅਸੀਂ ਪਿੱਛੇ ਕਰ ਚੁੱਕੇ ਹਾਂ, ਜਦੋਂ ਇਹ ਅਕਾਲੀਆਂ ਦਾ ਜੱਥਾ ਪਹੁੰਚਿਆ, ਠੀਕ ਹੈ, ਘਟਨਾ ਵਾਪਰੀ, ਇੱਕ ਦੂਸਰੇ ਉੱਤੇ ਇਹਨਾਂ ਨੇ ਵਾਰ ਕੀਤੇ, ਤਾਂ 1925 ਈਸਵੀ ਨੂੰ ਜਿਹੜਾ ਗੁਰਦੁਆਰਾ ਸੀਗਾ ਨਾ ਜੈਤੋਂ ਦਾ, ਉਹ ਕਿਹਦੇ ਹੱਥਾਂ ਵਿੱਚ ਆ ਗਿਆ ਸੀ? ਸਿੱਖਾਂ ਦੇ ਹੱਥਾਂ ਵਿੱਚ, ਠੀਕ ਹੈ, ਅਕਾਲੀਆਂ ਦੇ ਹੱਥਾਂ ਵਿੱਚ 1925 ਨੂੰ। ਅਤੇ ਕਿੰਨੇ ਸਿੱਖਾਂ ਦਾ ਜੱਥਾ ਜਾਂਦਾ? 500 ਅਕਾਲੀ ਜਾਂਦੇ ਆ ਜੈਤੋਂ ਮੰਡੀ, ਠੀਕ ਹੈ।
ਜੈਤੋ ਦੇ ਮੋਰਚੇ ਦੇ ਵਿੱਚ। ਹੁਣ ਕਹਿੰਦੇ ਜੈਤੋ ਦੇ ਮੋਰਚੇ ਵਿੱਚ ਅਕਾਲੀਆਂ ਨੇ 500 ਅਕਾਲੀਆਂ ਦਾ ਜਥਾ ਸਰਕਾਰ ਵਿਰੁੱਧ ਕਦੋਂ ਭੇਜਿਆ। ਹੁਣ 500 ਅਕਾਲੀ ਗਏ, ਸਾਨੂੰ ਕਲੀਅਰ ਹੋ ਗਿਆ ਕਿਉਂ ਹੋ ਗਏ, ਕਿਉਂ ਗਏ, ਕਿਉਂਕਿ ਜਿਹੜਾ ਨਾਭੇ ਦਾ ਰਾਜਕੁਮਾਰ ਰਿਪੂ ਦਮਨ ਹੈ ਉਹਨੂੰ ਅੰਗਰੇਜ਼ਾਂ ਨੇ ਗੱਦੀ ਤੋਂ ਉਤਾਰ ਦਿੱਤਾ, ਹੈ ਨਾ। ਸੋ ਜੈਤੋ ਦਾ ਮੋਰਚਾ ਲਗਾਇਆ, ਅਕਾਲੀਆਂ ਨੇ 500 ਅਕਾਲੀ ਜਿਹੜੇ ਭੇਜੇ ਸੀਗੇ, ਪਰ ਭੇਜੇ ਕਦੋਂ ਸੀ ਸਰਕਾਰ ਵਿਰੁੱਧ? 21 ਫਰਵਰੀ 1924 ਨੂੰ, 22 ਫਰਵਰੀ 1924 ਨੂੰ ਕਿ 21 ਫਰਵਰੀ 1925 ਨੂੰ? ਬੱਚੇ 21 ਫਰਵਰੀ 1924 ਨੂੰ ਭੇਜੇ ਸੀਗੇ, 500 ਅਕਾਲੀਆਂ ਦਾ ਜਥਾ ਭੇਜਿਆ ਗਿਆ ਸੀ ਸਰਕਾਰ ਦੇ ਵਿਰੁੱਧ, ਠੀਕ ਹੈ। ਤਾਂ 21 ਫਰਵਰੀ 1924 ਨੂੰ ਜਥਾ ਗਿਆ ਅਕਾਲੀਆਂ ਦਾ, ਕਿੱਥੇ ਗਿਆ ਸੀਗਾ? ਜੈਤੋ ਦੇ ਮੋਰਚੇ ਵਿੱਚ 500 ਅਕਾਲੀਆਂ ਦਾ ਜਥਾ ਗਿਆ, ਠੀਕ ਹੈ। ਸੋ ਅਗਲੇ ਸਾਲ 1925 ਵਿੱਚ ਮੋਰਚਾ ਕਦੋਂ ਗਿਆ? 1924 ਵਿੱਚ ਜਥਾ ਗਿਆ, ਹੈ ਨਾ, ਅਕਾਲੀਆਂ ਦਾ 1924 ਵਿੱਚ ਗਿਆ। ਅਗਲਾ ਸਾਲ ਜਿਹੜਾ 1925 ਆਇਆ ਉਹਦੇ ਵਿੱਚ ਜਿਹੜਾ ਜੈਤੋ ਦਾ ਗੁਰਦੁਆਰਾ ਹੈਗਾ ਉਹ ਕਿਹਦੇ ਹਵਾਲੇ ਹੋ ਗਿਆ ਸੀ? ਅਕਾਲੀਆਂ ਦੇ, ਠੀਕ ਹੈ। ਨੈਕਸਟ ਪ੍ਰਸ਼ਨ ਹੈ, ਜੈਤੋ ਦੇ ਮੋਰਚੇ ਵਿੱਚ ਕਿੰਨੀਆਂ ਅਕਾਲੀਆਂ ਦੀ ਮੌਤ ਹੋ ਗਈ? ਹੁਣ 500 ਅਕਾਲੀਆਂ ਦਾ ਜਥਾ ਗਿਆ, ਮੌਤ ਕਿੰਨਿਆਂ ਦੀ ਹੋ ਗਈ? 500 ਤੋਂ ਵੱਧ, 100 ਤੋਂ ਵੱਧ, 300 ਤੋਂ ਵੱਧ ਕਿ 200 ਤੋਂ ਵੱਧ? ਬੱਚੇ ਜੈਥੋ ਦੇ ਮੋਰਚੇ ਵਿੱਚ 500 ਅਕਾਲੀ ਜਾਂਦੇ, ਜਿਹਦੇ ਵਿੱਚੋਂ ਸ਼ਹੀਦ ਕਿੰਨੇ ਹੋ ਜਾਂਦੇ ਆ? 100 ਤੋਂ ਵੱਧ ਅਕਾਲੀ, ਠੀਕ ਹੈ, ਨੋਟ ਕਰ ਲਓ। 100 ਤੋਂ ਵੱਧ ਅਕਾਲੀ ਜਿਹੜੇ ਆ ਉਹ ਮਾਰੇ ਜਾਂਦੇ, ਸ਼ਹੀਦ ਹੋ ਜਾਂਦੇ। ਹੁਣ ਨੈਕਸਟ ਪ੍ਰਸ਼ਨ ਹੈ ਕਿ ਜੈਥੋ ਦੇ ਮੋਰਚੇ ਵਿੱਚ ਲਗਭਗ ਕਿੰਨੇ ਅਕਾਲੀ ਜ਼ਖਮੀ ਹੋਏ? ਹੁਣ 500 ਅਕਾਲੀਆਂ ਦਾ ਜਥਾ ਗਿਆ, ਜਿਹਦੇ ਵਿੱਚੋਂ 100 ਜਿਹੜੇ ਆ ਉਹ ਕੀ ਹੋ ਗਏ ਆ? ਖਤਮ ਹੋ ਗਏ, 100 ਜਿਹੜੇ ਅਕਾਲੀ ਸ਼ਹੀਦ ਹੋ ਗਏ। ਹੁਣ ਕਹਿੰਦੇ ਜੈਥੋ ਦੇ ਮੋਰਚੇ ਵਿੱਚ ਕਿੰਨੇ ਅਕਾਲੀ ਜ਼ਖਮੀ ਹੋਏ? 200 ਅਕਾਲੀ, 400 ਅਕਾਲੀ, 100 ਅਕਾਲੀ ਕਿ 500 ਅਕਾਲੀ? ਬੱਚੇ 100 ਅਕਾਲੀ ਸ਼ਹੀਦ ਹੁੰਦੇ, 500 ਅਕਾਲੀ ਜਾਂਦੇ ਆ, ਤੇ 200 ਅਕਾਲੀ ਜਿਹੜੇ ਆ ਉਹ ਜ਼ਖਮੀ ਹੋ ਜਾਂਦੇ, ਠੀਕ ਹੈ। ਨੈਕਸਟ ਪ੍ਰਸ਼ਨ ਹੈ, ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਬੱਚੇ, ਬਾਰ ਬਾਰ ਪੁੱਛਿਆ ਜਾਂਦਾ ਪੇਪਰਾਂ ਦੇ ਵਿੱਚ, ਤੁਸੀਂ ਨੋਟ ਕਰ ਲਓ। ਸਾਈਮਨ ਕਮਿਸ਼ਨ ਕਦੋਂ ਆਇਆ ਭਾਰਤ? 1919 ਵਿੱਚ, 1928 ਵਿੱਚ, 1923 ਵਿੱਚ ਕਿ 1925 ਵਿੱਚ? 1919 ਨੂੰ ਨਹੀਂ, 1928 ਈਸਵੀ ਦੇ ਵਿੱਚ ਜਿਹੜਾ ਸਾਈਮਨ ਕਮਿਸ਼ਨ ਹੈ ਇਹ ਭਾਰਤ ਵਿੱਚ ਆਇਆ। ਬੱਚੇ ਨੋਟ ਕਰ ਲਓ, 1928 ਵਿੱਚ ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ? 1928 ਈਸਵੀ ਨੂੰ। ਹੁਣ ਸਾਈਮਨ ਕਮਿਸ਼ਨ ਦੇ ਕਿੰਨੇ ਮੈਂਬਰ ਸਨ? 5, 8, 3 ਕਿ 7? ਬੱਚੇ 1928 ਈਸਵੀ ਨੂੰ 7 ਮੈਂਬਰਾਂ ਦਾ ਇੱਕ ਕਮਿਸ਼ਨ ਭਾਰਤ ਆਇਆ ਸੀ, ਜਿਸ ਨੂੰ ਸਾਈਮਨ ਕਮਿਸ਼ਨ ਕਿਹਾ ਜਾਂਦਾ, ਠੀਕ ਹੈ। 7 ਮੈਂਬਰਾਂ ਦਾ ਕਮਿਸ਼ਨ ਸੀ ਸਾਈਮਨ ਕਮਿਸ਼ਨ, 1928 ਨੂੰ ਆਉਂਦਾ, ਠੀਕ ਹੈ। ਨੈਕਸਟ ਪ੍ਰਸ਼ਨ ਹੈ ਬੱਚੇ, ਸਾਈਮਨ ਕਮਿਸ਼ਨ ਦੇ 7 ਮੈਂਬਰ ਕੌਣ ਸਨ? ਹੁਣ ਸਾਨੂੰ ਕਲੀਅਰ ਹੋ ਗਿਆ, ਸਾਈਮਨ ਕਮਿਸ਼ਨ ਦੇ 7 ਮੈਂਬਰ ਸੀ, ਸਾਈਮਨ ਕਮਿਸ਼ਨ 1928 ਨੂੰ ਭਾਰਤ ਵਿੱਚ ਆਇਆ, ਪਰ ਇਹ ਸਾਈਮਨ ਕਮਿਸ਼ਨ ਦੇ 7 ਮੈਂਬਰ ਕੌਣ ਸੀ? ਅੰਗਰੇਜ਼, ਭਾਰਤੀ, ਕ੍ਰਾਂਤੀਕਾਰੀ ਕਿ ਕਾਂਗਰਸ ਨੇਤਾ? ਬੱਚੇ ਸਾਈਮਨ ਕਮਿਸ਼ਨ ਦੇ 7 ਦੇ 7 ਮੈਂਬਰ ਅੰਗਰੇਜ਼ ਸੀ, ਇਸੇ ਕਰਕੇ ਭਾਰਤੀਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ ਸੀ, ਠੀਕ ਹੈ, ਕਿਉਂਕਿ ਇਹਦੇ ਵਿੱਚ ਇੱਕ ਵੀ ਬੰਦਾ ਭਾਰਤੀ ਨਹੀਂ ਸੀਗਾ, ਅੰਗਰੇਜ਼ ਹੀ ਸਨ 7 ਦੇ 7 ਮੈਂਬਰ। ਨੈਕਸਟ ਪ੍ਰਸ਼ਨ ਆ, ਭਾਰਤੀਆਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਿਸ ਤਰ੍ਹਾਂ ਕੀਤਾ? ਹੁਣ 7 ਮੈਂਬਰਾਂ ਦਾ 1928 ਈਸਵੀ ਨੂੰ ਇੱਕ ਕਮਿਸ਼ਨ ਆਇਆ ਭਾਰਤ, ਹੈ ਨਾ, ਸਾਈਮਨ ਕਮਿਸ਼ਨ ਜਿਹਨੂੰ ਕਹਿੰਦੇ, ਭਾਰਤੀਆਂ ਨੇ ਇਹਦਾ ਵਿਰੋਧ ਕੀਤਾ ਕਿਉਂਕਿ ਇਹਦੇ ਵਿੱਚ ਇੱਕ ਵੀ ਬੰਦਾ ਭਾਰਤੀ ਨਹੀਂ ਸੀ, ਸਾਰੇ ਅੰਗਰੇਜ਼ ਸੀਗੇ, 7 ਦੇ 7 ਮੈਂਬਰ ਅੰਗਰੇਜ਼ ਸੀ। ਪਰ ਇਸ ਦਾ ਵਿਰੋਧ ਭਾਰਤੀਆਂ ਨੇ ਕਿਸ ਤਰ੍ਹਾਂ ਕੀਤਾ? ਕਾਲੀਆਂ ਝੰਡੀਆਂ ਨਾਲ, ਹਰੀਆਂ ਝੰਡੀਆਂ ਨਾਲ, ਲਾਲ ਝੰਡੀਆਂ ਨਾਲ ਕਿ ਕੇਸਰੀ ਝੰਡੀਆਂ ਨਾਲ? ਬੱਚੇ ਭਾਰਤੀਆਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਾਲੀਆਂ ਝੰਡੀਆਂ ਨਾਲ ਕੀਤਾ ਸੀ, ਠੀਕ ਹੈ। ਜਦੋਂ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਦੇ ਕਿਹੜੀ ਝੰਡੀ ਲਗਾਉਂਦੇ ਹਾਂ? ਕਾਲੀ ਝੰਡੀਆਂ ਲੈ ਕੇ ਘੁੰਮਦੇ, ਕਾਲੀਆਂ ਝੰਡੀਆਂ, ਠੀਕ ਹੈ, ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਕੀਤਾ ਸੀ ਸਾਈਮਨ ਕਮਿਸ਼ਨ ਦਾ ਭਾਰਤੀਆਂ ਨੇ, ਰਾਸ਼ਟਰਵਾਦੀਆਂ ਨੇ। ਨੈਕਸਟ ਪ੍ਰਸ਼ਨ ਹੈ, ਸਾਈਮਨ ਕਮਿਸ਼ਨ ਦੇ ਵਿਰੁੱਧ ਭਾਰਤੀਆਂ ਨੇ ਕਿਹੜੇ ਨਾਅਰੇ ਲਗਾਏ? ਹੁਣ ਸਾਈਮਨ ਕਮਿਸ਼ਨ ਦੇ ਵਿਰੁੱਧ ਭਾਰਤੀ ਕਿਹੜੇ ਨਾਅਰੇ ਲਗਾ ਰਹੇ ਆ? ਸਾਈਮਨ ਕਮਿਸ਼ਨ ਮੁਰਦਾਬਾਦ,
ਸਾਈਮਨ ਕਮਿਸ਼ਨ ਜ਼ਿੰਦਾਬਾਦ, ਸਾਈਮਨ ਵਾਪਸ ਜਾਓ ਕਿ ਸਾਈਮਨ ਇੰਡੀਆ ਆਓ। ਬੱਚੇ ਭਾਰਤੀਆਂ ਨੇ ਇੱਕ ਤਾਂ ਉਹਦਾ ਕਾਲੀਆਂ ਝੰਡੀਆਂ ਲਗਾ ਕੇ ਵਿਰੋਧ ਕੀਤਾ ਸਾਈਮਨ ਕਮਿਸ਼ਨ ਦਾ, ਇੱਕ ਉਹਨਾਂ ਨੇ ਨਾਅਰੇ ਲਗਾਏ ਸੀ ਸਾਈਮਨ ਵਾਪਸ ਜਾਓ, ਕਿ ਤੁਸੀਂ ਜਿੱਥੋਂ ਆਏ ਨਾ ਸੱਤੇ ਦੇ ਸੱਤੇ ਮੈਂਬਰ ਉੱਥੇ ਹੀ ਚੱਲ ਜਾਓ, ਤੁਸੀਂ ਭਾਰਤ ਵਿੱਚ ਨਹੀਂ ਆਓਗੇ, ਠੀਕ ਹੈ। ਸਾਈਮਨ ਵਾਪਸ ਜਾਓ ਦੇ ਨਾਅਰੇ ਲਗਾਏ ਅਤੇ ਕਾਲੀਆਂ ਝੰਡੀਆਂ ਨਾਲ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਸੀ ਭਾਰਤੀਆਂ ਨੇ। ਨੈਕਸਟ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਸ ਕ੍ਰਾਂਤੀਕਾਰੀ ਦੀ ਮੌਤ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸਮੇਂ ਹੋਈ? ਹੁਣ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਕਾਲੀਆਂ ਝੰਡੀਆਂ ਲਗਾਈਆਂ, ਸਾਈਮਨ ਕਮਿਸ਼ਨ ਦੇ ਵਿਰੁੱਧ ਨਾਅਰੇਬਾਜ਼ੀ ਹੋਈ, ਲੋਕ ਇਕੱਠੇ ਹੋਏ, ਜੈਸੇ ਜਲੂਸ ਹੋਏ, ਠੀਕ ਹੈ, ਲੋਕਾਂ ਨੇ ਕਿ ਕਾਲੀਆਂ ਝੰਡੀਆਂ ਲੈ ਕੇ ਲੋਕ ਘੁੰਮੇ, ਵਿਰੋਧ ਕੀਤਾ, ਕਾਲੀਆਂ ਝੰਡੀਆਂ ਲੈ ਕੇ ਕੀ ਕੀਤਾ ਸੀਗਾ, ਉਹਨਾਂ ਨੇ ਕਿਹਾ ਸਾਈਮਨ ਵਾਪਸ ਜਾਓ ਦੇ ਨਾਅਰੇ ਲਗਾਏ, ਜਿਹਦੇ ਕਰਕੇ ਕੀ ਹੋਈ, ਅੰਗਰੇਜ਼ਾਂ ਦੇ ਜਿਹੜੇ ਸੈਨਿਕ ਸੀਗੇ, ਪੁਲਿਸ ਸੀਗੀ, ਉਹਨਾਂ ਨੇ ਕੀ ਕੀਤਾ, ਜਿਹੜੇ ਸਾਡੇ ਕ੍ਰਾਂਤੀਕਾਰੀ ਲੋਕ ਇਕੱਠੇ ਹੋਏ ਆ, ਜਲਸਾ ਜਲੂਸ ਕੱਢ ਰਹੇ, ਇਹਨਾਂ ਉੱਤੇ ਲਾਠੀਚਾਰਜ ਕਰਤਾ। ਲਾਠੀਚਾਰਜ ਮਤਲਬ ਕਿ ਲਾਠੀਆਂ ਦੇ ਨਾਲ ਵਾਰ ਕਰਨਾ ਸ਼ੁਰੂ ਕਰਤਾ, ਜਿਹਦੇ ਵਿੱਚ ਸਾਡਾ ਇੱਕ ਕ੍ਰਾਂਤੀਕਾਰੀ ਆ ਉਹ ਸ਼ਹੀਦ ਹੋ ਜਾਂਦਾ। ਉਹ ਕਿਹੜਾ ਕ੍ਰਾਂਤੀਕਾਰੀ ਸੀ ਜਿਹਦੀ ਮੌਤ ਹੁੰਦੀ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸਮੇਂ? ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ ਕਿ ਬਾਬਾ ਸੋਹਣ ਸਿੰਘ ਭਕਣਾ? ਬੱਚੇ ਜਿਹੜੇ ਗਰਮ ਲਹਿਰ ਦੇ ਸੀਗੇ ਨਾ ਲਾਲਾ ਲਾਜਪਤ ਰਾਏ, ਨੋਟ ਕਰ ਲਓ, ਲਾਲਾ ਲਾਜਪਤ ਰਾਏ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸਮੇਂ ਸ਼ਹੀਦ ਹੋ ਜਾਂਦੇ, ਕਿਉਂਕਿ ਇਹਨਾਂ 'ਤੇ ਬਹੁਤ ਜ਼ਿਆਦਾ ਲਾਠੀਆਂ ਚਲਾਈਆਂ ਗਈਆਂ, ਠੀਕ ਹੈ। ਲਾਲਾ ਲਾਜਪਤ ਰਾਏ ਕੌਣ ਸੀਗੇ ਅਸੀਂ ਕਰ ਚੁੱਕੇ ਹਾਂ, ਲਾਲਾ ਲਾਜਪਤ ਰਾਏ ਗਰਮ ਪਾਰਟੀ, ਜਿਹੜੀ ਗਰਮ ਦਲ ਸੀਗਾ ਨਾ ਉਹਦੇ ਨਾਲ ਸੰਬੰਧ ਰੱਖਦੇ, ਕਾਂਗਰਸ ਦੇ ਦੋ ਦਲ ਬਣੇ ਸੀ ਨਾ ਨਰਮ ਅਤੇ ਗਰਮ, ਲਾਲਾ ਲਾਜਪਤ ਰਾਏ ਗਰਮ ਦਲ ਦੇ ਸੀਗੇ। ਨੈਕਸਟ ਪ੍ਰਸ਼ਨ ਹੈ ਬੱਚੇ, ਬੱਬਰ ਅਕਾਲੀ ਲਹਿਰ ਕਦੋਂ ਸ਼ੁਰੂ ਕੀਤੀ ਗਈ? ਹੁਣ ਬੱਚੇ ਲਹਿਰਾਂ ਚੱਲਣੀਆਂ, ਸੁਧਾਰ ਕੀ ਲਹਿਰਾਂ ਚੱਲਣੀਆਂ, ਸਭਾਵਾਂ ਹੋਣੀਆਂ, ਮਤੇ ਪਾਸ ਹੋਣੇ, ਕਿਉਂਕਿ ਹੁਣ ਸਾਡਾ ਦੇਸ਼ ਆਜ਼ਾਦ ਹੋਣ ਵਾਸਤੇ ਅੰਦੋਲਨ ਸ਼ੁਰੂ ਹੋ ਗਏ, ਅੰਦੋਲਨ ਵੀ ਚੱਲਣੇ। ਸਾਡੇ ਕੋਲ ਪ੍ਰਸ਼ਨ ਹੈ, ਬੱਬਰ ਅਕਾਲੀ ਲਹਿਰ ਕਦੋਂ ਸ਼ੁਰੂ ਹੋਈ? 1919, ਹੁਣ ਕਨਫਿਊਜ਼ ਨਹੀਂ ਹੋਣਾ ਬੱਚੇ, ਅਕਾਲੀ ਲਹਿਰ ਹੋਰ ਚੀਜ਼ ਸੀ, ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ, ਜਿਹਨੂੰ ਅਕਾਲੀ ਲਹਿਰ ਵੀ ਕਹਿੰਦੇ, ਠੀਕ ਹੈ, ਉਹ ਚੱਲੀ ਸੀ 1925 ਈਸਵੀ ਤੱਕ, 1920 ਤੋਂ 25 ਦੌਰਾਨ ਇਹਨਾਂ ਨੇ ਕੰਮ ਕੀਤਾ ਅਕਾਲੀ ਲਹਿਰ ਨੇ, ਗੁਰਦੁਆਰਿਆਂ ਨੂੰ ਛੁਡਾਉਣ ਵਾਸਤੇ ਮਹੰਤਾਂ ਦੇ ਕੋਲੋਂ, ਅੰਗਰੇਜ਼ਾਂ ਦੇ ਕੋਲੋਂ। ਸਾਡੇ ਕੋਲ ਹੁਣ ਪ੍ਰਸ਼ਨ ਹੈ ਕਿ ਬੱਬਰ ਅਕਾਲੀ ਲਹਿਰ ਕਦੋਂ ਸ਼ੁਰੂ ਹੋਈ? ਠੀਕ ਹੈ, ਬੱਬਰ ਅਕਾਲੀ ਲਹਿਰ ਜਿਹੜੀ ਹੋਰ ਹੈ ਇਹਨੂੰ ਤੁਸੀਂ ਧਿਆਨ ਵਿੱਚ ਰੱਖਣਾ, ਬੱਬਰ ਅਕਾਲੀ ਲਹਿਰ ਕਦੋਂ ਸ਼ੁਰੂ ਹੋਈ? 1919 ਈਸਵੀ ਵਿੱਚ, 1928 ਈਸਵੀ ਵਿੱਚ, 1921 ਈਸਵੀ ਵਿੱਚ, ਕਿ ਉਪਰੋਕਤ ਕੋਈ ਵੀ ਨਹੀਂ? ਨੋਟ ਕਰੋ ਬੱਚੇ, ਜਿਹੜੀ ਬੱਬਰ ਅਕਾਲੀ ਲਹਿਰ ਹੈ ਨਾ ਬੱਚੇ, ਉਹ ਹੋਈ ਸੀ 1921 ਈਸਵੀ ਨੂੰ ਸ਼ੁਰੂ। ਆਂਸਰ ਤੁਹਾਨੂੰ ਸ਼ੋਅ ਹੋ ਗਿਆ, 1921 ਈਸਵੀ ਦੇ ਵਿੱਚ ਬੱਬਰ ਅਕਾਲੀ ਲਹਿਰ ਜਿਹੜੀ ਆ ਉਹ ਚੱਲੀ ਸੀ, ਬੱਬਰ ਅਕਾਲੀ ਲਹਿਰ ਸ਼ੁਰੂ ਹੋਈ ਸੀ, ਠੀਕ ਹੈ, 1921 ਈਸਵੀ ਦੇ ਵਿੱਚ। ਨੋਟ ਕਰ ਲੈਣਾ ਬੱਚੇ। ਨੈਕਸਟ ਪ੍ਰਸ਼ਨ ਹੈ ਸਾਡੇ ਕੋਲ, 1921 ਈਸਵੀ ਵਿੱਚ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਬੱਬਰ ਅਕਾਲੀ ਲਹਿਰ ਸ਼ੁਰੂ ਕੀਤੀ? ਹੁਣ ਨਾਮ ਤੋਂ ਹੀ ਕਲੀਅਰ ਹੈ, ਬੱਬਰ ਪੰਜਾਬੀ ਵਰਤਦੇ ਇੱਦਾਂ ਦੇ ਸ਼ਬਦ, ਬੱਬਰ ਸ਼ੇਰ ਹੈ ਨਾ, ਅਕਾਲੀ ਇਹ ਵੀ ਪੰਜਾਬੀ ਵਾਲੀ ਹੈ, ਠੀਕ ਹੈ। ਕਹਿੰਦੇ ਹੁਣ ਬੱਬਰ ਅਕਾਲੀ ਲਹਿਰ ਸਾਨੂੰ ਕਲੀਅਰ ਹੋ ਗਿਆ, ਪੰਜਾਬ ਵਿੱਚ ਹੀ ਸ਼ੁਰੂ ਹੋਈ, ਠੀਕ ਹੈ, ਪਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸ਼ੁਰੂ ਹੋਈ ਸੀ, ਕਦੋਂ ਸ਼ੁਰੂ ਹੋਈ ਬੱਬਰ ਅਕਾਲੀ ਲਹਿਰ? 1921 ਈਸਵੀ ਨੂੰ, ਠੀਕ ਹੈ, ਪਰ ਇਹ ਸ਼ੁਰੂ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਸੀ? ਜਲੰਧਰ ਵਿੱਚ, ਕਪੂਰਥਲੇ ਵਿੱਚ, ਹੁਸ਼ਿਆਰਪੁਰ ਵਿੱਚ, ਕਿ ਮਾਨਸਾ ਵਿੱਚ? ਬੱਚੇ ਬੱਬਰ ਅਕਾਲੀ ਲਹਿਰ ਜਿਹੜੀ 1921 ਈਸਵੀ ਦੇ ਵਿੱਚ ਸ਼ੁਰੂ ਹੋਈ ਸੀ ਨਾ, ਉਹ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸ਼ੁਰੂ ਕੀਤੀ ਗਈ ਸੀ, ਠੀਕ ਹੈ, ਨੋਟ ਕਰ ਲਓ, ਦੁਆਬੇ ਵਿੱਚ।
ਅਗਰ ਉਪਭਾਸ਼ਾ ਕਰਦੇ ਹਾਂ ਪੰਜਾਬੀ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੋਏਗਾ ਹੁਸ਼ਿਆਰਪੁਰ ਵਿੱਚ ਦੁਆਬੀ ਉਪਭਾਸ਼ਾ ਬੋਲੀ ਜਾਂਦੀ, ਠੀਕ ਹੈ। ਹੁਸ਼ਿਆਰਪੁਰ ਦੁਆਬੇ ਦੇ ਵਿੱਚ ਆਉਂਦਾ, ਦੁਆਬੇ ਇਲਾਕੇ ਦੇ ਵਿੱਚ, ਠੀਕ ਹੈ। ਦੁਆਬੇ ਦੇ ਹੁਸ਼ਿਆਰਪੁਰ ਵਿੱਚ ਜਾਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 1921 ਈਸਵੀ ਨੂੰ ਬੱਬਰ ਅਕਾਲੀ ਲਹਿਰ ਜਿਹੜੀ ਸ਼ੁਰੂ ਕੀਤੀ ਗਈ ਸੀ। ਨੈਕਸਟ ਪ੍ਰਸ਼ਨ ਹੈ, ਬੱਬਰ ਅਕਾਲੀ ਲਹਿਰ ਦਾ ਸੰਸਥਾਪਕ ਕੌਣ ਸੀ? ਹੁਣ 1921 ਈਸਵੀ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਬੱਬਰ ਅਕਾਲੀ ਲਹਿਰ ਸ਼ੁਰੂ ਹੋਈ, ਪਰ ਇਹ ਲਹਿਰ ਦਾ ਮੋਢੀ ਕੌਣ ਸੀ? ਕੌਣ ਸੀ ਇਸ ਦਾ ਸੰਸਥਾਪਕ? ਸਰਦਾਰ ਅਜੀਤ ਸਿੰਘ, ਕ੍ਰਿਸ਼ਨ ਸਿੰਘ, ਸਰਦਾਰ ਰਿਪੂ ਦਮਨ ਸਿੰਘ ਕਿ ਉਪਰੋਕਤ ਸਾਰੇ? ਬੱਚੇ ਸਾਨੂੰ ਕਲੀਅਰ ਹੋ ਗਿਆ ਸੀ, ਪਹਿਲਾਂ ਕਰ ਚੁੱਕੇ ਹਾਂ। ਸਰਦਾਰ ਰਿਪੂ ਦਮਨ ਸਿੰਘ ਤਾਂ ਨਾਭੇ ਦਾ ਸਰਦਾਰ ਸੀ, ਨਾਭੇ ਦਾ ਮਹਾਰਾਜਾ ਸੀ ਸਰਦਾਰ ਅਜੀਤ ਸਿੰਘ। ਇਹ ਹਨ ਸਰਦਾਰ ਅਜੀਤ ਸਿੰਘ ਕੌਣ? ਸਰਦਾਰ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ। ਬੱਚੇ ਜਿਹੜੇ ਬੱਬਰ ਅਕਾਲੀ ਲਹਿਰ ਦਾ ਸੰਸਥਾਪਕ ਸੀਗਾ ਨਾ, ਉਹ ਸੀਗਾ ਕ੍ਰਿਸ਼ਨ ਸਿੰਘ, ਠੀਕ ਹੈ। ਕੌਣ ਸੀ? ਕ੍ਰਿਸ਼ਨ ਸਿੰਘ। ਅਗਰ ਤੁਹਾਨੂੰ ਆ ਜਾਏ ਕਿ ਸਰਦਾਰ ਕ੍ਰਿਸ਼ਨ ਸਿੰਘ ਨੇ ਕਿਸ ਲਹਿਰ ਦੀ ਸਥਾਪਨਾ ਕੀਤੀ, ਤੁਸੀਂ ਆਂਸਰ ਕਰੋਗੇ ਬੱਬਰ ਅਕਾਲੀ ਲਹਿਰ। ਅਗਰ ਆ ਜਾਏ ਬੱਬਰ ਅਕਾਲੀ ਲਹਿਰ ਦਾ ਮੋਢੀ ਜਾਂ ਸੰਸਥਾਪਕ ਕੌਣ ਸੀ, ਤੁਸੀਂ ਆਂਸਰ ਕਰੋਗੇ ਕ੍ਰਿਸ਼ਨ ਸਿੰਘ, ਠੀਕ ਹੈ। ਨੈਕਸਟ ਪ੍ਰਸ਼ਨ ਹੈ ਸਾਡੇ ਕੋਲ, ਬੱਬਰ ਅਕਾਲੀ ਲਹਿਰ ਦਾ ਮੁੱਖ ਉਦੇਸ਼ ਕੀ ਸੀ? ਹੁਣ ਬੱਬਰ ਅਕਾਲੀ ਲਹਿਰ 1921 ਈਸਵੀ ਦੇ ਵਿੱਚ ਬਣੀ, ਕ੍ਰਿਸ਼ਨ ਸਿੰਘ ਨੇ ਬਣਾਈ, ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇਹਦੀ ਸਥਾਪਨਾ ਹੋਈ, ਪਰ ਇਸ ਲਹਿਰ ਦਾ ਉਦੇਸ਼ ਕੀ ਸੀ? ਸਵਰਾਜ ਪ੍ਰਾਪਤ ਕਰਨਾ, ਅੰਗਰੇਜ਼ਾਂ ਦੀ ਸਹਾਇਤਾ ਕਰਨਾ, ਮਹਾਤਮਾ ਗਾਂਧੀ ਦਾ ਸਾਥ ਦੇਣਾ ਕਿ ਪੰਜਾਬੀਆਂ ਨੂੰ ਸ਼ਹੀਦ ਕਰਵਾਉਣਾ? ਬੱਚੇ ਅੰਗਰੇਜ਼ਾਂ ਦੀ ਸਹਾਇਤਾ ਨਹੀਂ ਕਰਨ ਵਾਸਤੇ ਬੱਬਰ ਅਕਾਲੀ ਲਹਿਰ ਸ਼ੁਰੂ ਹੋਈ, ਠੀਕ ਹੈ। ਗੱਲ ਹੁਣ ਅੰਗਰੇਜ਼ਾਂ ਤੋਂ ਅਸੀਂ ਆਜ਼ਾਦ ਹੋਣ ਵਾਸਤੇ ਗੱਲਾਂ ਹੋ ਰਹੀਆਂ, ਲਹਿਰਾਂ ਚੱਲ ਰਹੀਆਂ, ਅੰਦੋਲਨ ਚੱਲ ਰਿਹਾ, ਮਹਾਤਮਾ ਗਾਂਧੀ ਦਾ ਸਾਥ ਦੇਣ ਲਈ ਪੰਜਾਬੀਆਂ ਨੂੰ ਸ਼ਹੀਦ ਕਰਾਉਣਾ ਵੀ ਬੱਚੇ ਇਹਨਾਂ ਦਾ ਉਦੇਸ਼ ਨਹੀਂ ਸੀ, ਠੀਕ ਹੈ। ਕਿਉਂਕਿ ਇਹ ਤਾਂ ਇੱਕ ਪੰਜਾਬ ਨੂੰ ਬਚਾਉਣ ਵਾਸਤੇ ਲਹਿਰ ਚੱਲੀ ਸੀ। ਸੋ ਬੱਚੇ ਬੱਬਰ ਅਕਾਲੀ ਲਹਿਰ ਦਾ ਮੁੱਖ ਉਦੇਸ਼ ਸੀਗਾ ਸਵਰਾਜ ਪ੍ਰਾਪਤ ਕਰਨਾ, ਮੀਨਸ ਆਪਣਾ ਦੇਸ਼ ਆਜ਼ਾਦ ਕਰਾਉਣਾ, ਠੀਕ ਹੈ। ਨੈਕਸਟ ਪ੍ਰਸ਼ਨ ਹੈ, ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਬੱਚੇ, ਨੋਟ ਕਰ ਲਓ ਇਹਨੂੰ ਤੁਸੀਂ। ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? 1926 ਈਸਵੀ ਵਿੱਚ, 1928 ਈਸਵੀ ਵਿੱਚ, 1921 ਈਸਵੀ ਵਿੱਚ, ਕਿ 192 ਈਸਵੀ ਨਹੀਂ ਹੈਗੀ, 1922 ਈਸਵੀ ਹੈ। ਦੇਖ ਲਓ ਇੱਥੇ ਤੁਸੀਂ, ਇੱਥੇ ਤਾਂ ਗਲਤ ਕਰ ਹੋ ਗਿਆ, 1922 ਜਿਹੜੀ ਆਪਸ਼ਨ ਡੀ ਹੈ ਉਹ 1922 ਹੈ, ਠੀਕ ਹੈ। ਹੁਣ ਕਹਿੰਦੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਹੋਈ ਸੀ? ਕਦੋਂ ਹੋਈ ਬੱਚੇ? ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਈਸਵੀ ਨੂੰ ਹੋਈ ਸੀ, ਨੋਟ ਕਰ ਲੈਣਾ ਹੈ। ਅਗਰ ਤੁਹਾਨੂੰ ਆ ਜਾਏ 1926 ਈਸਵੀ ਵਿੱਚ ਕਿਹੜੀ ਸਭਾ ਬਣੀ ਭਾਰਤ ਵਿੱਚ, ਤੁਸੀਂ ਆਂਸਰ ਕਰੋਗੇ ਨੌਜਵਾਨ ਭਾਰਤ ਸਭਾ। ਅਗਰ ਤੁਹਾਨੂੰ ਆ ਜਾਏ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਹੋਈ, ਤੁਸੀਂ ਆਂਸਰ ਕਰੋਗੇ 1926 ਈਸਵੀ ਵਿੱਚ। ਨੈਕਸਟ ਪ੍ਰਸ਼ਨ ਹੈ, 1926 ਈਸਵੀ ਵਿੱਚ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਿੱਥੇ ਕੀਤੀ ਗਈ? ਹੁਣ ਸਾਨੂੰ ਕਲੀਅਰ ਹੋ ਗਿਆ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਹੋਈ, 1926 ਨੂੰ। ਪਰ ਇਹ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਹੋਈ ਕਿੱਥੇ ਸੀ? ਨਾਭੇ ਵਿੱਚ, ਪਟਿਆਲੇ ਵਿੱਚ, ਲਾਹੌਰ ਵਿੱਚ ਕਿ ਲੁਧਿਆਣੇ ਵਿੱਚ? ਬੱਚੇ 1926 ਈਸਵੀ ਨੂੰ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਹੋਈ ਸੀ ਲਾਹੌਰ ਦੇ ਵਿੱਚ। ਨੈਕਸਟ ਪ੍ਰਸ਼ਨ ਹੈ ਸਾਡੇ ਕੋਲ, ਨੌਜਵਾਨ ਭਾਰਤ ਸਭਾ ਦੀ ਸਥਾਪਨਾ ਹੇਠ ਲਿਖਿਆਂ ਵਿੱਚੋਂ ਕਿਸ ਨੇ ਕੀਤੀ? ਹੁਣ ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਵਿੱਚ ਹੋਈ, ਲਾਹੌਰ ਵਿੱਚ ਹੋਈ, ਪਰ ਕਿਹਨੇ ਕੀਤੀ ਸੀ? ਬੱਚੇ ਇਹ ਨੌਜਵਾਨ ਸਭਾ, ਇਹਦਾ ਨਾਮ ਇਸੇ ਕਰਕੇ ਰੱਖਿਆ ਕਿਉਂਕਿ ਇਹ ਨੌਜਵਾਨਾਂ ਨੇ ਸ਼ੁਰੂ ਕੀਤੀ ਸੀ, ਇਸ ਵਿੱਚ ਸਾਰੇ ਨੌਜਵਾਨ ਸੀਗੇ, ਠੀਕ ਹੈ। ਸੋ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਸ਼ਹੀਦ ਭਗਤ ਸਿੰਘ, ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਅਤੇ ਭਗਵਤੀ ਚਰਨ ਬੋਹਰਾ, ਰਾਜਗੁਰੂ ਸੁਖਦੇਵ ਅਤੇ ਸ਼ਹੀਦ ਭਗਤ ਸਿੰਘ, ਇਹਨਾਂ ਨੇ ਰਲ ਕੇ ਕੀ ਕੀਤੀ ਸੀਗੀ? ਨੌਜਵਾਨ ਭਾਰਤ ਸਭਾ ਦੀ ਸਥਾਪਨਾ ਲਾਹੌਰ ਵਿੱਚ 1926 ਈਸਵੀ ਨੂੰ, ਠੀਕ ਹੈ। ਠੀਕ ਹੈ ਬੱਚੇ,
ਹੁਣ ਇੱਕ ਵਾਰੀ ਅਸੀਂ ਫਿਰ ਨਿਗਾਹ ਮਾਰ ਲੈਂਦੇ ਹਾਂ ਜਿਹੜੇ ਕੁਐਸਚਨ ਕੀਤੇ ਆ, ਫਟਾਫਟ ਅਸੀਂ ਸਿੱਧਾ ਆਨਸਰ ਕਰਦੇ ਜਾਣਾ ਆ ਅਗਰ ਕਿਸੇ ਨੇ ਨਹੀਂ ਧਿਆਨ ਨਾਲ ਸੁਣਿਆ। ਹਾਂਜੀ, ਸੁਤੰਤਰਤਾ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਕਿਹਦੇ ਕੋਲ ਸੀਗੀਆਂ? ਉਹ ਸੀਗੀਆਂ ਅੰਗਰੇਜ਼ੀ ਸਰਕਾਰ ਕੋਲ। ਠੀਕ ਹੈ, ਅਕਾਲੀਆਂ ਨੇ ਅੰਗਰੇਜ਼ੀ ਸਰਕਾਰ ਕੋਲੋਂ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਕਦੋਂ ਮੰਗੀਆਂ? ਉਹ ਮੰਗੀਆਂ ਸੀਗੀਆਂ 21 ਨਵੰਬਰ 1921 ਈਸਵੀ ਨੂੰ। ਨੈਕਸਟ ਹੈ ਕਿ ਅਕਾਲੀਆਂ ਨੂੰ ਚਾਬੀਆਂ ਹਰਿਮੰਦਰ ਸਾਹਿਬ ਦੀਆਂ ਅੰਗਰੇਜ਼ਾਂ ਨੇ ਦਿੱਤੀਆਂ ਕਦੋਂ ਸੀਗੀਆਂ? ਸੋ ਬੱਚੇ ਰਾਈਟ ਆਨਸਰ ਹੈ ਸਾਡੇ ਕੋਲ 17 ਫਰਵਰੀ 1922 ਨੂੰ। ਨੈਕਸਟ ਪ੍ਰਸ਼ਨ ਹੈ, ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਕਿਹਦੇ ਕੋਲ ਸੀ? ਸੁੰਦਰਦਾਸ, ਮਹੰਤ ਸੁੰਦਰਦਾਸ। ਮਹੰਤ ਸੁੰਦਰਦਾਸ ਕਿਹੋ ਜਿਹਾ ਸੀ? ਚਰਿੱਤਰਹੀਣ। ਠੀਕ ਹੈ, ਗੁਰੂ ਦਾ ਬਾਗ ਗੁਰਦੁਆਰਾ ਉਹਦੀਆਂ ਚਾਬੀਆਂ ਜਾਂ ਗੁਰੂ ਦੇ ਬਾਗ ਗੁਰਦੁਆਰੇ ਦਾ ਪ੍ਰਬੰਧ ਅਕਾਲੀਆਂ ਨੂੰ ਕਦੋਂ ਸੌਂਪਿਆ ਗਿਆ ਸੀ? ਉਹ ਮਿਲਿਆ 17 ਨਵੰਬਰ 1922 ਨੂੰ। ਨੋਟ ਕਰ ਲਓ, 17 ਨਵੰਬਰ 1922 ਨੂੰ ਗੁਰੂ ਕੇ ਬਾਗ ਗੁਰਦੁਆਰੇ ਦਾ ਪ੍ਰਬੰਧ ਅਕਾਲੀਆਂ ਕੋਲ ਆ ਗਿਆ ਸੀ। ਨਾਭੇ ਦੇ ਕਿਸੇ ਰਾਜਕੁਮਾਰੀ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜ਼ੁਲਮ ਵਿੱਚ ਗੱਦੀ ਤੋਂ ਉਤਾਰਿਆ ਗਿਆ ਸੀ? ਉਹ ਸੀ ਸਰਦਾਰ ਰਿਪੂ ਦਮਨ ਸਿੰਘ। ਨੈਕਸਟ ਹੈ ਕਿ ਜੈਤੋਂ ਦਾ ਗੁਰਦੁਆਰਾ ਅਕਾਲੀਆਂ ਦੇ ਹਵਾਲੇ ਕਦੋਂ ਕੀਤਾ ਗਿਆ? 1925 ਨੂੰ। ਠੀਕ ਹੈ, ਸਰਦਾਰ ਰਿਪੂ ਦਮਨ ਨੂੰ ਗੱਦੀ ਤੋਂ ਉਤਾਰਿਆ ਗਿਆ ਤਾਂ ਅਕਾਲੀਆਂ ਦਾ ਕਿੰਨਾ ਜੱਥਾ ਗਿਆ ਸੀਗਾ ਅੰਗਰੇਜ਼ਾਂ ਦੇ ਵਿਰੁੱਧ? ਬੱਚੇ 500 ਅਕਾਲੀਆਂ ਦਾ ਜੱਥਾ। ਠੀਕ ਹੈ, ਜਿਹਦੇ ਵਿੱਚੋਂ 500 ਅਕਾਲੀਆਂ ਦੇ ਜੱਥੇ ਵਿੱਚ ਜਥਾ ਭੇਜਿਆ ਕਦੋਂ ਸੀਗਾ? ਉਹ ਭੇਜਿਆ ਗਿਆ ਸੀ ਬੱਚੇ 21 ਫਰਵਰੀ 1924 ਨੂੰ। ਠੀਕ ਹੈ, 1925 ਨੂੰ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਹੈ ਉਹਦੇ ਜੈਤੋਂ ਦਾ ਮੋਰਚਾ ਅਕਾਲੀਆਂ ਕੋਲ ਕਦੋਂ ਗਿਆ? 500 ਅਕਾਲੀਆਂ ਦਾ ਜਥਾ ਜੈਤੋਂ ਦੇ ਮੋਰਚੇ ਵਿੱਚ ਕਦੋਂ ਗਿਆ ਸੀ? ਉਹ ਗਿਆ ਸੀਗਾ 21 ਫਰਵਰੀ 1924 ਨੂੰ। ਠੀਕ ਹੈ, ਜੈਤੋਂ ਦਾ ਮੋਰਚਾ ਅਕਾਲੀਆਂ ਨੇ ਕਦੋਂ ਲੈ ਕੇ ਗਏ ਸੀ ਅਕਾਲੀਆਂ ਦੇ ਹੱਥਾਂ ਵਿੱਚ? ਦੁਬਾਰਾ ਕਰਦੇ ਬੱਚੇ, ਅਸੀਂ ਕਾਹਲੀ ਵਿੱਚ ਅਸੀਂ ਗਲਤੀ ਕਰ ਰਹੇ ਹਾਂ। ਜੈਤੋਂ ਦਾ ਮੋਰਚਾ ਗੱਲ ਹੋ ਰਹੀ, ਜੈਤੋਂ ਦੇ ਮੋਰਚੇ ਵਿੱਚ ਅਕਾਲੀਆਂ ਨੇ 500 ਅਕਾਲੀਆਂ ਦਾ ਜਥਾ ਸਰਕਾਰ ਵਿਰੁੱਧ ਭੇਜਿਆ, ਹੈ ਨਾ? ਕਦੋਂ ਭੇਜਿਆ ਸੀ? 21 ਫਰਵਰੀ 1924 ਨੂੰ। ਠੀਕ ਹੈ, ਅਕਾਲੀਆਂ ਦਾ ਜਥਾ ਜੈਤੋਂ ਦੇ ਮੋਰਚੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਕਦੋਂ ਗਿਆ? 21 ਫਰਵਰੀ 1924 ਨੂੰ। ਨੈਕਸਟ ਪ੍ਰਸ਼ਨ ਹੈ, ਜੈਤੋਂ ਦੇ ਮੋਰਚੇ ਵਿੱਚ ਕਿੰਨੇ ਬੰਦੇ ਗਏ ਸੀ, ਕਿੰਨੇ ਅਕਾਲੀ ਗਏ? 500 ਵਿੱਚ। ਮੌਤ ਕਿੰਨਿਆਂ ਦੀ ਹੋ ਗਈ? 100 ਤੋਂ ਵੱਧ ਜਿਹੜੇ ਅਕਾਲੀ ਉਹਨਾਂ ਦੀ ਮੌਤ ਹੋ ਗਈ, ਅਤੇ ਜ਼ਖਮੀ ਕਿੰਨੇ ਹੋਏ ਸੀ? 200 ਅਕਾਲੀ ਜਿਹੜੇ ਜ਼ਖਮੀ ਹੋ ਗਏ ਸੀਗੇ। ਠੀਕ ਹੈ, ਸਾਈਮਨ ਕਮਿਸ਼ਨ ਕਦੋਂ ਆਉਂਦਾ ਭਾਰਤ? 1928 ਨੂੰ। ਠੀਕ ਹੈ, ਇਹਦੇ ਮੈਂਬਰ ਕਿੰਨੇ ਸੀ? 7। 7 ਦੇ 7 ਮੈਂਬਰ ਕੌਣ ਸੀ? ਅੰਗਰੇਜ਼ ਸੀ। ਸਾਈਮਨ ਕਮਿਸ਼ਨ ਦਾ ਵਿਰੋਧ ਕਿਸ ਤਰ੍ਹਾਂ ਕੀਤਾ ਗਿਆ? ਕਾਲੀਆਂ ਝੰਡੀਆਂ ਲਗਾ ਕੇ। ਸਾਈਮਨ ਕਮਿਸ਼ਨ ਦੇ ਵਿਰੁੱਧ ਭਾਰਤੀਆਂ ਨੇ ਕਿਹੜੇ ਨਾਅਰੇ ਲਗਾਏ? ਸਾਈਮਨ ਵਾਪਸ ਜਾਓ। ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸਮੇਂ ਜਦੋਂ ਘਟਨਾ ਵਾਪਰੇ, ਜਲਸੇ ਜਲੂਸ ਹੋਏ, ਇੱਕ ਦੂਸਰੇ ਅੰਗਰੇਜ਼ਾਂ ਨੇ ਭਾਰਤੀਆਂ 'ਤੇ ਲਾਠੀਚਾਰਜ ਕੀਤਾ, ਭਾਰਤੀਆਂ ਨੇ ਅੰਗਰੇਜ਼ਾਂ ਦੇ ਖਿਲਾਫ ਨਾਅਰੇ ਲਗਾਏ, ਤਾਂ ਜਿਹੜੇ ਇਸ ਜਲੂਸ ਵਿੱਚ, ਇਸ ਘਟਨਾ ਦੇ ਵਿੱਚ ਜਿਹੜੇ ਸਾਡੇ ਲਾਲਾ ਲਾਜਪਤ ਰਾਏ ਆ ਉਹ ਸ਼ਹੀਦ ਹੋ ਗਏ। ਠੀਕ ਹੈ, ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਹੁਣ ਪ੍ਰਸ਼ਨ ਹੈ, ਬੱਬਰ ਅਕਾਲੀ ਲਹਿਰ ਕਦੋਂ ਸ਼ੁਰੂ ਹੋਈ? 1921 ਈਸਵੀ ਦੇ ਵਿੱਚ। ਕਿੱਥੇ ਸ਼ੁਰੂ ਹੋਈ ਸੀ? ਪੰਜਾਬ ਦਾ ਜ਼ਿਲ੍ਹਾ ਜਿਹੜਾ ਆ ਹੁਸ਼ਿਆਰਪੁਰ। ਬੱਬਰ ਅਕਾਲੀ ਲਹਿਰ ਸ਼ੁਰੂ ਕਿਹਨੇ ਕੀਤੀ ਸੀ? ਕ੍ਰਿਸ਼ਨ ਸਿੰਘ ਨੇ। ਠੀਕ ਹੈ, ਬੱਬਰ ਅਕਾਲੀ ਲਹਿਰ ਦਾ ਉਦੇਸ਼ ਕੀ ਸੀ? ਸਵਰਾਜ ਪ੍ਰਾਪਤ ਕਰਨਾ। ਨੈਕਸਟ ਪ੍ਰਸ਼ਨ ਹੈ, ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਹੋਈ? 1926 ਦੇ ਵਿੱਚ। ਨੌਜਵਾਨ ਭਾਰਤ ਸਭਾ ਦੀ ਸਥਾਪਨਾ ਹੋਈ ਕਿੱਥੇ? ਲਾਹੌਰ ਵਿੱਚ। ਨੌਜਵਾਨ ਭਾਰਤ ਸਭਾ ਦੇ ਕਿੰਨੇ ਮੈਂਬਰ ਸੀ? ਕਿਹੜੇ ਮੈਂਬਰ ਸੀਗੇ? ਕਿਹਨਾਂ ਨੇ ਰਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ? ਸਾਰੇ ਨੌਜਵਾਨਾਂ ਨੇ, ਜਿਹਦੇ ਵਿੱਚ ਸ਼ਹੀਦ ਭਗਤ ਸਿੰਘ, ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਅਤੇ ਭਗਵਤੀ ਚਰਨ ਬੋਹਰਾ ਜਿਹੜੇ ਮੁੱਖ ਸੀਗੇ। ਠੀਕ ਹੈ, ਸੋ ਬੱਚੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਲਾਸ ਜਿਹੜੀ ਵਧੀਆ ਲੱਗੀ ਹੋਵੇਗੀ। ਕਲਾਸ ਵਧੀਆ ਲੱਗੀ ਹੋਵੇ ਤਾਂ ਬੱਚੇ ਕਲਾਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੈਲ ਆਈਕਨ ਦਾ ਬਟਨ ਪ੍ਰੈਸ ਕਰੋ। ਠੀਕ ਹੈ, ਜਾਂਦੇ ਜਾਂਦੇ ਤੁਹਾਨੂੰ ਫਿਰ ਦੱਸ ਦਿੰਦੇ ਹਾਂ, CDP ਦੀ ਤਿਆਰੀ ਕਰਵਾਈ ਜਾ ਰਹੀ ਹੈ 500 ਦੇ ਵਿੱਚ।
ਠੀਕ ਹੈ ਸਿਰਫ ਔਰ ਸਿਰਫ 500 ਦੇ ਵਿੱਚ। ਪੀ ਐੱਸ ਟੈਟ ਪੇਪਰ 1 ਦੀ ਬੱਚੇ 90 ਨੰਬਰਾਂ ਦੀ ਤਿਆਰੀ 999 ਰੁਪਏ ਦੇ ਵਿੱਚ ਕਰਵਾਈ ਜਾ ਰਹੀ, ਜਿਹਦੇ ਵਿੱਚ ਤੁਹਾਨੂੰ 3 ਸਬਜੈਕਟਾਂ ਦੀ ਫੁੱਲ ਤਿਆਰੀ ਹੋਏਗੀ, CDP ਪੰਜਾਬੀ ਅਤੇ ਇੰਗਲਿਸ਼ ਦੀ। ਪੀ ਐੱਸ ਟੈਟ 2 ਦੇਣਾ ਬੱਚੇ SST ਵਾਲੇ ਸਟੂਡੈਂਟ, ਤਾਂ 2000 ਰੁਪਏ ਦੇ ਵਿੱਚ ਤੁਹਾਨੂੰ ਫੁੱਲ ਤਿਆਰੀ ਕਰਵਾਈ ਜਾਵੇਗੀ ਪੀ ਐੱਸ ਟੈਟ 2 SST ਵਾਲੇ ਸਟੂਡੈਂਟਸ ਨੂੰ। ਠੀਕ ਹੈ, ਇਹਨਾਂ ਸਾਰੇ ਕੋਰਸਿਸ ਦੀ 1 ਸਾਲ ਦੀ ਜਿਹੜੀ ਵੈਲਿਡਿਟੀ ਹੈ, ਹਰ ਇੱਕ ਕੋਰਸ ਵਿੱਚ ਤੁਹਾਨੂੰ ਲਾਈਵ ਕਲਾਸਿਸ, ਵੀਡੀਓ ਰਿਕਾਰਡਡ ਲੈਕਚਰ, ਠੀਕ ਹੈ, MCQ PDF ਨੋਟਸ ਜਿਹੜੇ ਪ੍ਰੋਵਾਈਡ ਕੀਤੇ ਜਾਣਗੇ, ਨਾਲ ਦੀ ਨਾਲ ਤੁਹਾਡੇ ਜਿਹੜੇ ਟੈਸਟ ਵੀ ਲਏ ਜਾਣਗੇ। ਠੀਕ ਹੈ ਬੱਚੇ, ਤੁਸੀਂ ਕੁਛ ਵੀ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ 9878737352 ਨੰਬਰ 'ਤੇ ਕੋਲ ਕਰ ਸਕਦੇ ਹੋ। ਵਟਸਐਪ ਗਰੁੱਪ ਨਾਲ ਜੁਆਇਨ ਹੋਣ ਵਾਸਤੇ ਬੱਚੇ ਤੁਸੀਂ 4 ਕੰਮ ਕਰਨੇ, ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ, ਜੈਂਡਰ ਸਾਨੂੰ ਲਿਖ ਕੇ ਸੈਂਡ ਕਰਨਾ। ਠੀਕ ਹੈ, ਔਰ ਬੱਚੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੀ ਹਾਂ ਕਿ ਪੀ ਐੱਸ ਟੈਟ ਪੇਪਰ 1 ਪੇਪਰ 2 ਦੀ ਤਿਆਰੀ ਤੋਂ ਇਲਾਵਾ MSW ਸਟੱਡੀ ਚੈਨਲ ਦੇ ਉੱਤੇ ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਵੀ ਜਿਹੜੀ ਕਰਵਾਈ ਜਾ ਰਹੀ ਹੈ। ਠੀਕ ਹੈ ਬੱਚੇ, ਤੁਸੀਂ ਅੱਜ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰੋ, ਨੋਟੀਫਿਕੇਸ਼ਨ ਦੀ ਵੇਟ ਨਾ ਕਰੋ। ਨੋਟੀਫਿਕੇਸ਼ਨ ਦੀ ਵੇਟ ਕਰਦੇ ਰਹਿ ਗਏ ਤਾਂ ਬੱਚੇ ਸਿਰਫ ਨੋਟੀਫਿਕੇਸ਼ਨ ਹੀ ਤੁਹਾਨੂੰ ਪਤਾ ਹੋਵੇਗਾ, ਤੁਹਾਨੂੰ ਨਾ ਸਿਲੇਬਸ ਪਤਾ ਹੋਣਾ, ਨਾ ਤੁਹਾਨੂੰ ਆਪਣਾ ਕੋਈ ਵੀ ਜਿਹੜਾ ਬੱਚੇ ਕੰਟੈਂਟ ਪਤਾ ਹੋਣਾ, ਮਤਲਬ ਕਿ ਤੁਸੀਂ ਵੇਟ ਨਹੀਂ ਕਰਨੀ ਹੈਗੀ ਕਿਸੇ ਚੀਜ਼ ਦੀ। ਤੁਸੀਂ ਕੀ ਕਰਨੀ, ਤੁਹਾਡਾ ਕੰਮ ਕੀ ਹੈ, ਪੇਪਰ ਦੀ ਤਿਆਰੀ ਕਰਨਾ। ਉਹ ਕਦੋਂ ਤੋਂ ਕਰਨੀ ਹੈ, ਅੱਜ ਤੋਂ ਹੀ, ਕਿਉਂਕਿ ਅਸੀਂ ਛੋਟੇ ਕਲਾਸਾਂ ਵਿੱਚ ਹਿੰਦੀ ਦਾ ਇੱਕ ਦੋਹਾ ਪੜ੍ਹਦੇ ਹੁੰਦੇ ਸੀ, ਕਬੀਰ ਦਾ, ਸੰਤ ਕਬੀਰ ਦਾ ਇੱਕ ਦੋਹਾ ਸੀ, ਕਾਲ ਕਰੇ ਸੋ ਆਜ ਕਰੇ ਸੋ ਅਬ, ਪਲ ਮੇ ਪਰ ਲਏ ਹੋਏਗੀ, ਬਹੁਰੀ ਕਰੇਗਾ ਕਬ। ਠੀਕ ਹੈ, ਜਿਹਨੇ ਕਹਿਣਾ, ਕਈ ਵਾਰੀ ਕਹਿ ਦਿੰਦੇ ਨਾ ਇਹ ਵੀ ਗੱਲ, ਕਹਿੰਦੇ ਆ ਕਿ ਕਹਿੰਦੇ ਕੱਲ ਕਰ, ਜਿਹੜਾ ਅਸੀਂ ਕੱਲ੍ਹ ਨਹੀਂ ਕਰਨਾ, ਕਹਿੰਦੇ ਹੁਣ ਕਰਨਾ ਸੋ ਅੱਜ ਕਰ ਕਰਨਾ ਸੋ ਪਰਸੋਂ, ਅਭੀ ਟਾਈਮ ਬਹੁਤ ਪੜਾ ਹੈ, ਰਹਤੇ ਹੈ ਕਈ ਬਰਸੋਂ। ਕਈ ਇੱਦਾਂ ਦੀ ਕਹਾਵਤ ਵੀ ਬਣਾ ਲੈਂਦੇ ਹਨ, ਢੀਠ ਨਹੀਂ ਬਣਨਾ ਹੈਗਾ, ਅਸੀਂ ਆਲਸੀ ਨਹੀਂ ਬਣਨਾ, ਕਿਉਂਕਿ ਲੋਹੜੀ ਦਾ ਤਿਉਹਾਰ ਸਾਨੂੰ ਕੀ ਸਿਖਾਉਂਦਾ ਹੈ, ਈਸ਼ਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ, ਦਲਿੱਦਰ ਕੀ ਹੈ, ਆਲਸ। ਅਸੀਂ ਆਲਸ ਨੂੰ ਛੱਡ ਕੇ ਕੀ ਕਰਨਾ ਹੈ, ਅੱਜ ਤੋਂ ਹੀ ਕੋਸ਼ਿਸ਼ ਕਰਨੀ ਸ਼ੁਰੂ ਕਰਨੀ, ਅੱਜ ਤੋਂ ਹੀ ਪੜ੍ਹਨਾ ਸ਼ੁਰੂ ਕਰਨਾ, ਅਤੇ ਆਪਣਾ ਜਿਹੜਾ ਪੇਪਰ ਹੈ ਹਰ ਹਾਲਤ ਵਿੱਚ ਕਲੀਅਰ ਕਰਨਾ, ਚਾਹੇ ਸਾਨੂੰ ਕੋਈ ਡਾਇਰੈਕਟਲੀ ਕੁਐਸਚਨ ਆ ਜਾਏ, ਚਾਹੇ ਸਾਨੂੰ ਕੁਐਸਚਨ ਇਨਡਾਇਰੈਕਟਲੀ ਆ ਜਾਏ। ਠੀਕ ਹੈ, ਸੋ ਬੱਚੇ ਸਾਰੇ ਬੱਚਿਆਂ ਦਾ ਥੈਂਕ ਯੂ ਮੈਨੂੰ ਇੰਨਾ ਸੁਣਨ ਵਾਸਤੇ। ਠੀਕ ਹੈ ਬੱਚੇ, ਤੁਹਾਡੇ ਕੰਮ ਦੀਆਂ ਗੱਲਾਂ ਹੀ ਤੁਹਾਨੂੰ ਸਿਖਾਈਆਂ ਜਾਂਦੀਆਂ ਕਲਾਸ ਦੇ ਵਿੱਚ, ਤੁਹਾਨੂੰ ਕਈ ਟੀਚਰ ਤਾਂ ਸਿਰਫ ਪੜ੍ਹਾਉਣਗੇ ਪਰ ਬੱਚੇ ਤੁਹਾਨੂੰ ਇਹ ਕੰਮ ਦੀਆਂ ਗੱਲਾਂ ਦੱਸਣ ਵਾਲਾ ਕੋਈ ਹੋਵੇਗਾ। ਠੀਕ ਹੈ, ਸਾਰੇ ਬੱਚਿਆਂ ਦਾ ਥੈਂਕ ਯੂ, ਧੰਨਵਾਦ, ਥੈਂਕਸ ਫੋਰ ਵਾਚਿੰਗ।